ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

ਨੰਬਰ 661 797 3254 ਓਏ ਯਾਰ ਕੀ ਕੀ ਸੁਪਨੇ ਦੇਖੇ ਸੀ ਕੈਨੇਡਾ ਆਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ ਜੀ ਹਾਂ ਡ੍ਰੀਮ ਲਾਈਨਰ 익ਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਜ਼ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਾਹ ਹਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 403, 4034049501 Tremblay and Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਿਆਸ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ-ਭਰਾ ਵਾਤਾਵਰਨ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਕਟਰਕ ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਵਧੀਆ ਸਰਵਿਸ ਲਈ ਕੁਇਕ ਕਟਰਕ ਕਲੂਬ ਲੋਜੀ ਤੀਜੀ ਲੋਕੇਸ਼ਨ ਵੀ ਖੋਲਤੀਆ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪੋਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪੋਨੀ ਕੁਇਕ ਕਟਰਕ ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ quicktruckclub.com qtl ਬਿਕੋਜ਼ ਵੀ ਕੇਅਰ Front you DB Truck Repair Uba City Certified Cummins Detroit Freightliner Western Star Volvo Caterpillar Ate Series 60 Engines International Automatic Transmissions 5 ਸਾਲ ਦਾ Freightliner Dealership ਦਾ Experience A Engine Truck Trailer AC Electrical DPF DEF Repair ਕਰਦੇ ਹਨ Transmission Rear End Brakes Oil Change ਕਰ ਦਿੰਦੇ ਹਨ Certified 90 Day DOT Inspection ਅਤੇ Certified Annual Federal DOT Insp ਕੀਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਜ਼ ਰੋਡ ਦੇ ਕੋਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ ਹਰ ਤਰ੍ਹਾਂ ਦੀ ਗਰੋਸਰੀ ਚਾਈਨਸ ਅਤੇ ਇੰਡੀਅਨ ਰੈਸਟੋਰੈਂਟ ਜਿੱਥੇ ਮਿਲੇਗਾ ਵਧੀਆ ਖਾਣਾ ਦੋ ਪਰੌਂਠੇ ਸਿਰਫ 499 ਚ ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਕੁਮਮਣ 661885 88586618858858 ਐਡਰੈਸ 2201 ਸਾਊਥ ਯੂਨੀਅਨ ਐਵੇਨਿਊ ਬੇਕਰਸਫੀਲਡ ਕੈਲੀਫੋਰਨੀਆ 93307 ਯੂਨੀਅਨ ਵਿਲੇਜ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਗੇ ਚੱਲਣ ਤੋਂ ਪਹਿਲਾਂ ਵਾਸ਼ਿੰਗਟਨ ਫੇਰਟ ਸਰਵਿਸ ਸੀਟਲ ਜਿਹੜੀ ਲੋਕਲ ਏਰੀਆ ਜੌਬ ਦੇ ਲਈ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਡਿਸਪੈਚ ਪੰਜਾਬੀ ਤੇ ਇੰਗਲਿਸ਼ ਕਰਦੀ ਹੈ ਵਧੀਆ ਖਾ ਦਿੰਦੇ ਨੇ ਜੀ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ ਟ੍ਰਾਂਸ ਕੈਨੇਡਾ ਚੱਲਣ ਵਾਲੇ ਵੀਰ ਏਕਲ ਦਾ ਧਿਆਨ ਰੱਖਣ ਕਿ ਬਿਲਕੁਲ ਕੈਨੇਡਾ ਦੇ ਵਿੱਚਕਾਰ ਪੈਂਦੇ ਵਿਨੀਪਿਗ ਮੈਨੀਟੋਬਾ ਦੇ ਵਿੱਚ ਅਕਾਲ ਟਰੱਕ ਐਂਡ ਟ੍ਰੇਲਰ ਜੋ 82 ਰੇਨਮ ਡਰਾਈਵ ਫਾਰਮਰਸ ਰੋਡ ਤੇ ਹੈ ਹੁਣ ਇੱਥੇ ਤੁਹਾਨੂੰ ਵਾਸ਼ ਦੇ ਨਾਲ ਨਾਲ ਪਾਰਕਿੰਗ ਕੁਇਕ ਟਰੱਕ ਲੂ ਦੇ ਸੂਲਤ ਵੀ ਉਪਲਬਧ ਕਰਵਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਵਾਕ ਇਨ ਵਿੰਡਸਕਰੀਨ ਚੇਂਜ ਕਰਵਾ ਸਕਦੇ ਹੋ ਬ੍ਰੇਕਸ انجن ਆਇਲ انجن ওভারਹਾਲ ਵੀ ਕਰਦੇ ਨੇ انجن ਰੀਬਿਲਟ ਵੀ ਕਰਦੇ ਨੇ ਡੀਓਟੀ ਸੇਫਟੀ ਹੈ ਜਾਂ ਤਾਂ ਸੈਮੀ ਤੇ ਟ੍ਰੇਲਰ ਦਾ ਸਾਰਾ ਕੰਮ ਕਰਕੇ ਦਿੰਦੇ ਨੇ ਵਨ ਸਟਾਪ ਸ਼ਾਪ ਹੈ ਜੀ ਇਹ ਅਕਾਲ ਟਰੱਕ ਐਂਡ ਟ੍ਰੇਲਰ 2044592 트리플 0 ਤੇ ਕਾਲ ਕਰ ਸਕਦੇ ਹੋ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਤੁਸੀਂ ਜੇਕਰ ਕਿਸੇ ਪ੍ਰਕਾਰ ਦੀ ਤੁਹਾਡੀ ਇਮੀਗ੍ਰੇਸ਼ਨ ਟਿਕਟਿੰਗ ਜਾਂ ਫਿਰ ਸਮਝੋ ਸਿਟੀਜ਼ਨਸ਼ਿਪ ਵਰਕ ਪਰਮਿਟ ਫੈਮਿਲੀ ਪਿਟੀਸ਼ਨਸ ওসিਆਈ ਕਾਰਡ ਇੰਡੀਅਨ ਪਾਸਪੋਰਟ ਕੋਰਟ ਫਾਈਲਿੰਗ ਕਰਨੀ ਹੈ ਨੋਟਰੀ ਦਾ ਕੰਮ ਹੈ ਜਾਂ ਐਮਰਜੈਂਸੀ ਵੀਜ਼ਾ ਇੰਡੀਆ ਦਾ ਇੱਕੋ ਇੱਕ ਨਾਂਜੀ ਸੇਖੋ ਇਮੀਗ੍ਰੇਸ਼ਨ ਸਰਵਿਸ ਕੈਲੀਫੋਰਨੀਆ ਇਮੀਗ੍ਰੇਸ਼ਨ ਕੰਸਲਟੈਂਟ ਨੇ ਜੀ ਇਹ ਗੁਰシャン ਸਿੰਘ ਸੇਖੋ 51020009988 5102009988 ਦੇ ਉੱਤੇ ਤੁਸੀਂ ਗੁਰਚਰਨ ਸੇਖੋਂ ਨੂੰ ਕਾਲ ਕਰ ਸਕਦੇ ਏ ਢਿੱਲੋ ਸਭ ਸਸਰੀ ਗਾਲ ਜੀ ਸਸਰੀ ਗਾਲ ਜੀ ਢਿੱਲੋ ਸਭ ਨਵੀਂ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ ਬੜੀਆਂ ਚਰਚਾਵਾਂ ਨੇ ਕਿਉਂਕਿ 1 ਮਹੀਨੇ ਦੇ ਵਿੱਚ ਬਹੁਤ ਕੁਝ ਡਵੈਲਪਮੈਂਟ ਹੋ ਗਈ ਪਿੱਛੇ ਜੇ ਮੈਨੂੰ ਮੈਂ ਅਪਡੇਟ ਵੀ ਨਹੀਂ ਹੈ ਕੀ ਅਪਡੇਟ ਹੈ ਜੀ तमाम सारी ਇਹ ਕੋਈ ਲਾਊ ਤਨ ਪੱਤਨ ਐ ਐਸਆਈਟੀ ਦੇਖੋ ਜਦੋਂ ਐਸਆਈਟੀ ਬਣਾਈ ਸੀ ਹੂੰ ਹੂੰ एसआईटी ਦੇ ਵਿੱਚ ਜਿਹੜੇ ਅਫਸਰ ਲਾਏ ਵੇ ਜੀ ਬਾਕੀ ਅਫਸਰਾਂ ਬਾਰੇ ਤਾਂ ਭਾਵੇਂ ਆਪਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੂੰ ਹੂੰ ਲੇਕਿਨ ਜਿਹੜੇ ਐਸਆਈਟੀ ਦੇ ਮੁਖੀ ਹੈ ਜੀ ਉਹਨਾਂ ਬਾਰੇ ਮੈਨੂੰ ਜਾਣਕਾਰੀ ਕੁਛ ਹੈਗੀ ਹੈ ਜੀ ਕਿਉਂਕਿ ਇਹਨਾਂ ਨੇ ਜਦੋਂ ਆਪਣੀ ਸਰਵਿਸ ਦੀ ਸ਼ੁਰੂਆਤ ਕੀਤੀ ਹੈ ਮਿਸਟਰ ਐਲਕੇ ਯਾਦਵ ਨੇ ਬਠਿੰਡੇ ਤੋਂ ਕੀਤੀ ਉਹ ਬਠਿੰਡੇ ਤੋਂ ਸ਼ੁਰੂ ਕੀਤੀ ਸੀ ਵੈਸੇ ਤਾਂ ਮਤਲਬ ਜਦੋਂ ਬੰਦਾ ਕੋਈ ਆਈਪੀਐਸ ਹੋ ਜਾਂਦਾ ਹੂੰ ਹੂੰ ਉਹਨੂੰ ਥਾਣੇ 'ਚ ਵੀ ਨੌਕਰੀ ਕਰਨੀ ਪੈਂਦੀ ਹੈ ਹੂੰ ਹੂੰ ਮੁਨਸ਼ੀ ਦਾ ਕੰਮ ਦੇਖਣਾ ਪੈਂਦਾ ਫਿਰ ਉਹਨੂੰ ਐਸਐਚਓ ਦਾ ਕੰਮ ਦੇਖਣਾ ਪੈਂਦਾ ਹੈ ਉਹ ਤੋਂ ਬਾਅਦ ਫਿਰ ਉਹਨੂੰ ਡੀਐਸਪੀ ਦਾ ਕੰਮ ਦੇਖਣਾ ਪੈਂਦਾ ਜੀ ਨੂੰ ਆਪਾਂ ਏਐਸਪੀ ਕਹਿ ਦਿੰਦੇ ਆ ਜੀ ਆਮ ਤੌਰ ਤੇ ਸਬਡਿਵੀਜ਼ਨ ਦਾ ਕੰਮ ਇੱਕ ਡੀਐਸਪੀ ਦੇਖਦਾ ਹੈ ਹਾਂ ਪਰ ਆਈਪੀਐਸ ਏਐਸਪੀ ਜਿਹੜਾ ਏਐਸਪੀ ਹੈ ਕਿਉਂਕਿ ਐਸਪੀ ਤੋਂ ਘਾਟੋ ਲੱਗ ਨਹੀਂ ਸਕਦਾ ਹੂੰ ਇਸ ਕਰਕੇ ਉਹਨੂੰ ਅਸਿਸਟੈਂਟ ਐਸਪੀ ਕਹਿ ਦਿੰਦੇ ਆ ਏਐਸਪੀ ਦੇ ਤੌਰ ਤੇ ਉਹਨੂੰ ਲਾਇਆ ਜਾਂਦਾ ਸੋ ਮਿਸਟਰ ਐਲਕੇ ਯਾਦ ਜੀ ਜਿਸ ਵੇਲੇ ਬਠਿੰਡੇ ਚ ਏਐਸਪੀ ਲੱਕੇ ਆਏ ਆ ਹੂੰ ਉਸ ਲਈ ਇਹਨਾਂ ਦੇ ਇੱਕ ਹੋਰ ਜਿਹੜੇ ਆ ਹਮਰਤਬਾ ਜੀ ਨਿਲਭ ਕਸ਼ੋਰ ਵੀ ਇਹਨਾਂ ਦੇ ਨਾਲ ਸੀ ਜੀ ਨਿਲਭ ਕਸ਼ੋਰ ਤੇ ਇਹ ਦੋਨੋਂ ਜਿਹੜੇ ਇਹਨਾਂ ਦੀ ਸ਼ੁਰੂਆਤ ਜਿਹੜੀ ਸਰਵਿਸ ਦੀ ਬਠਿੰਡੇ ਤੋਂ ਹੁੰਦੀ ਹੈ ਔਰ ਬਾਅਦ ਵਿੱਚ ਚਲ ਕੇ ਯਾਦਵ ਸਾਹਿਬ ਕਈ ਥਾਵਾਂ ਤੇ ਐਸਐਸਪੀ ਵੀ ਲੱਗੇ ਰਹੇ ਜੀ ਤੇ ਮੇਰਾ ਜਾਤੀ ਤਜਰਬਾ ਜਿਹੜਾ ਹੈਗਾ ਜਿਹੜੇ ਵਿੱਚ ਮੈਂ ਇਨਵੋਲਵ ਵੀ ਹੂੰ ਹੂੰ ਉਸੇ ਮੋਗਾ ਸੈਕਸ ਸਕੈਂਡਲ ਜੀ ਜੀ ਕਿਉਂਕਿ ਮੋਗਾ ਸੈਕਸ ਸਕੈਂਡਲ ਜਦੋਂ ਬੇਨਕਾਬ ਹੋਇਆ ਹੂੰ ਹੂੰ ਉਸ ਬਿਨਕਾਬ ਹੋਣ ਦਾ ਕਾਰਨ ਇਹ ਸੀ ਕਿ ਜਿੰਨਾ ਲੋਕਾਂ ਨੂੰ ਪੋਲਿਟਿਸ਼ੀਅਨ ਪੱਤਰਕਾਰ ਕਾਉਂਸਲਰ ਵਗੈਰਾ ਅਮੀਰ ਬੰਦੇ ਉਹਨਾਂ ਨੂੰ ਉਲਝਾਇਆ ਜਾਂਦਾ ਸੀ ਹੂੰ ਹੂੰ ਕੁੜੀ ਕੋਈ ਸੀ ਵਿਚਾਰੀ ਮਤਲਬ ਆਪਾਂ ਕਹਿ ਸਕਦੇ ਹਾਂ ਵਿਪਤਾ ਦੀ ਮਾਰੀ ਹੂੰ ਹੂੰ ਉਹ ਕਿਸੇ ਦੇ ੜਿੱਕੇ ਚੜ ਗਈ ਤੇ ਉਹਨਾਂ ਨੇ ਉਹਨੂੰ ਦੇਹ ਵਪਾਰ ਚ ਪਾਤਾ ਹੂੰ ਹੂੰ ਕੁੜੀ ਬੰਦ ਦੀ ਤਣਦੀ ਸੀ ਫਿਰ ਉਹਨੂੰ ਮੋਹਰਾ ਬਣਾ ਕੇ ਪੈਸੇ ਕਮਾਉਂਦਾ ਇੱਕ ਰਾਹ ਅਖਤਿਆਰ ਕੀਤਾ ਕੀਨੇ ਜੀ ਵੱਡੇ ਪੁਲਿਸ ਅਫਸਰਾਂ ਨੇ ਤੇ ਕੁਝ ਰਾਜਨੀਤਿਕ ਬੰਦਿਆਂ ਨੇ ਹੂੰ ਹੂੰ ਤੇ ਉਸ ਵੇਲੇ ਜਨਰਲ ਗਿਆ ਸਾਹਿਬ ਇਹ ਮਾਮਲਾ ਚੰਦਰ ਸ਼ੇਖਰ ਹੁੰਦੇ ਸੀ ਪੰਜਾਬ ਦੇ ਇੱਕ ਏ ਡੀ ਜੀ ਪੀ ਜੀ ਜਿਹੜੇ ਡੀ ਜੀ ਪੀ ਲੈਵਲ 'ਤੇ ਮੇਰਾ ਖਿਆਲ ਰਿਟਾਇਰ ਹੋਇਆ ਰਿਟਾਇਰ ਹੋਏ ਹਾਂ ਜੀ ਚੰਦਰ ਸ਼ੇਖਰ ਦੇ ਕੋਲੇ ਕੁਝ ਲੋਕ ਚਲੇ ਗਏ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿ ਸੀ ਡੀ ਦਿੱਤੀ ਵੀ ਆ ਸੀ ਡੀ ਦੇਖੋ ਜੀ ਇਹਦੇ ਵਿੱਚ ਸਾਰਾ ਕੁਝ ਆ ਰਿਹਾ ਹੈ ਹਮ ਹਮ ਤੇ ਮਿਸਟਰ ਐਨ ਪੀ ਐਸ ਆਉਲਖ ਪੰਜਾਬ ਦੇ ਡੀ ਡੀ ਪੀ ਹੁੰਦੇ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਤੇ ਆਉਲਖ ਸਾਹਿਬ ਨੂੰ ਜਦੋਂ ਚੰਦਰ ਸ਼ੇਖਰ ਉਹਨਾਂ ਨੇ ਸੁਣਾਈ ਵੀ ਆ ਦੇਖੋ ਜੀ ਕੀ ਹੈ ਉਹ ਸੁਤੇਸਿੰਦੁਰ ਦੇ ਮਹੂਨੇ ਕਹੇ ਵੀ ਅਰੇ ਤਾਂ ਮਾਮਲਾ ਬੜਾ ਗੰਭੀਰ ਹੈ ਹੂੰ ਹੂੰ ਇਹਦੀ ਪੜਤਾਲ ਵਾਸਤੇ ਐਸਆਈਟੀ ਬਣਨੀ ਚਾਹੀਦੀ ਫਿਰ ਉਹਨੂੰ ਇੱਕ ਐਸਆਈਟੀ ਬਣਾਈ ਸੀ ਜੀ ਉਸ ਐਸਆਈਟੀ ਦੇ ਚੀਫ ਉਹਨਾਂ ਸੀ ਮਿਸਟਰ ਈਸ਼ਵਰ ਚੰਦਰ ਸਵਰਗਵਾਸੀ ਹੋ ਗਏ ਉਹ ਜਿਹੜੇ ਉਹਨਾਂ ਦੇ ਨਾਲ ਦੇ ਵਿੱਚ ਫਰੀਦਕੋਟ ਵੀ ਐਸਐਸਪੀ ਰਹੇ ਨੇ ਫਰੀਦਕੋਟ ਐਸਐਸਪੀ ਰਹੇ ਮੇਰੇ ਖਿਆਲੋਂ ਫਰੋਜਪੁਰ ਰੇਂਜ ਦੇ ਡੀਆਈਜੀ ਡੀਆਈਜੀ ਸੀ ਐਲਕੇ ਯਾਦਵ ਸਾਹਿਬ ਉਸ ਵੇਲੇ ਫਰੀਦਕੋਟ ਦੇ ਐਸਐਸਪੀ ਹੁੰਦੇ ਸੀ ਜੀ ਤੇ ਪੋਪਿੰਦਰ ਸਿੰਘ ਸਿੱਧੂ ਜਿਹੜੇ ਅਦਕਾਰ ਫਰੀਦਕੋਟ ਲੱਗੇ ਐ ਐਸਪੀ ਐਡੀਐਸਪੀ ਬਗਾਪਰਾਣਾ ਐਡੀਐਸਪੀ ਬਗਾਪਰਾਣਾ ਹੁੰਦੇ ਸੀ ਸੋ ਮੈਨੂੰ ਇਨਫੋਰਮੇਸ਼ਨ ਮਿਲ ਗਈ ਕਿ ਉੱਥੇ ਕੁਝ ਨਾ ਕੁਝ ਕੋਈ ਜਿਹੜੀ ਐਸਆਈਟੀ ਬਣ ਗਈ ਤੇ ਐਸਐਸਆਈਟੀ ਨੇ ਆਪਣਾ ਕੰਮ ਸ਼ੁਰੂ ਕਰਤਾ ਮੈਨੂੰ ਇਨਫੋਰਮੇਸ਼ਨ ਮਿਲ ਗਈ ਕਿ ਗੱਲ ਕੁਝ ਗੜਬੜ ਹੈ ਤਾਂ ਮੈਂ ਉਹਨਾਂ ਦਿਨਾਂ ਦੇ ਵਿੱਚ ਉਸ ਮਾਮਲੇ ਨੂੰ ਇਨਵੈਸਟੀਗੇਟ ਕੀਤਾ ਸੀ ਜੀ ਇਨਵੈਸਟੀਗੇਟ ਕਰਕੇ ਪੱਤਰਕਾਰ ਤਾਂ ਮੇਰੇ ਨਾਲ ਭਾਵੇਂ ਅੰਗਰੇਜ਼ੀ ਵਾਲੇ ਵੀ ਹੋਰ ਸੀ ਲੇਕਿਨ ਉਹਨਾਂ ਦੇ ਅਖਬਾਰ 'ਚੋਂ ਖਬਰ ਕੁਦਰਤੀ ਰਹਿ ਗਈ ਹੂੰ ਔਰ ਮੇਰੇ ਅਖਬਾਰ ਦੇ ਵਿੱਚੋਂ ਖਬਰ ਪ੍ਰਮੁੱਖਤਾ ਨਾਲ ਲੱਗੀ ਜੀ ਤੇ ਉਸ ਵੇਲੇ ਫਿਰ ਜਿਹੜੇ ਪੰਜਾਬ ਦੇ ਬੜੇ ਚਰਚਿਤ ਜੱਜ ਸੀ ਅੱਜ ਵੀ ਉਹਨਾਂ ਦਾ ਨਾਮ ਬੜਾ ਵੱਡਾ ਹੈ ਹੂੰ ਹੂੰ ਆਪਣੇ ਸਰਦਾਰ ਮਹਿਤਾਬ ਸਿੰਘ ਮਹਿਤਾਬ ਸਿੰਘ ਗਿੱਲ ਹਾਂਜੀ ਉਹ ਮਹਿਤਾਬ ਸਿੰਘ ਗਿੱਲ ਹੁਣੀ ਉਸ ਵੇਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸੀ ਉਹਨਾਂ ਨੂੰ ਪਤਾ ਲੱਗਿਆ ਮੋਗੇ ਮੋਗੇ ਨੂੰ ਵੀ ਬਿਲੋਂਗ ਕਰਦੇ ਸੀ ਤੇ ਮੋਗੇ ਤੋਂ ਪਤਾ ਲੱਗਿਆ ਉੱਥੋਂ ਕਿਸੇ ਨੇ ਫੋਨ ਕਰਤਾ ਕਿ ਅੱਜ ਖਬਰ ਲੱਗੀ ਹੈ ਨਮਾਜ਼ਮਾਨਾ ਅਖਬਾਰ ਦੇ ਵਿੱਚ ਤੇ ਉਹਨੇ ਨਾਲ ਦੀ ਨਾਲ ਹੀ ਮੈਨੂੰ ਬਾਅਦ ਵਿੱਚ ਭਿੰਡਰ ਸਾਹਿਬ ਨੇ ਦੱਸਿਆ ਜੀ ਜੀ ਕਿਉਂਕਿ ਜਿਹੜੇ ਭਿੰਡਰ ਸਾਹਿਬ ਹੈ ਉਹ ਸੁਖਦੀਪ ਸਿੰਘ ਭਿੰਡਰ ਉਹ ਐਡੀਸ਼ਨਲ ਐਡਵੋਕੇਟ ਜਨਮਦਸ ਸੀ ਤੇ ਉਹਨਾਂ ਦੀ ਕੋਰਟ ਚ ਆਦੇ ਸੀ ਉਹਨਾਂ ਨੇ ਭਿੰਡਰ ਸਾਹਿਬ ਨੂੰ ਕਿਹਾ ਖਵਾਰ ਹੁੰਦਾ ਆਪਣੇ ਕੋਲੇ ਕਹਿੰਦੇ ਹਾਂ ਜੀ ਬਾਹਰ ਚਾਉਂਦਾ ਕਹਿੰਦੇ ਮਗਵਾਉ ਫਿਰ ਮਗਵਾਇਆ ਤੇ ਭਿੰਡਰ ਸਾਹਿਬ ਨੂੰ ਅੰਦਰ ਲੈ ਕੇ ਪਛਾਣ ਲਿਜਾ ਕੇ ਤੇ ਉਹਨਾਂ ਨੇ ਜਦੋਂ ਉਹ ਬੜੀ ਖਬਰ ਸਾਰੀ ਤੇ ਤੂੰ ਕਹਿੰਦੇ ਵੀ ਇਹ ਤਾਂ ਬਣਦੀ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਬਣਦੀ ਹੈ ਪੀਆਈਐਲ ਬਣਦੀ ਹੈ ਉਹਨਾਂ ਨੇ ਪੀਆਈਐਲ ਲੈ ਕੇ ਤੇ ਉਹਦੇ ਚ ਫਿਰ ਨੋਟਿਸ ਦਿੱਤਾ ਸੀ ਪੰਜਾਬ ਸਰਕਾਰ ਨੂੰ ਸੂਮੋ ਸੂਮਟੂ ਨੋਟਿਸ ਲਾਇਆ ਕਿ ਤੇ ਉਹਨਾਂ ਨੇ ਫਿਰ ਉਹਦਾ ਸੀਬੀਆਈ ਦੇ ਸਪੁਰਦ ਕਰਤੀ ਸੀ ਉਹ ਜਿਹੜੀ ਤਫ਼ਤੀਸ਼ ਜੋ ਐਲਕੇ ਯਾਦਵ ਈਸ਼ਵਰਚੰਦਰ ਔਰ ਭਵਿੰਦਰ ਸਿੰਘ ਸਿੱਧੂ ਨੇ ਕੀਤੀ ਸੀ ਹੂੰ ਹੂੰ ਬਿਲਕੁਲ ਉਹਨਾਂ ਰਾਹ ਦੇ ਤੇ ਸੀਬੀਆਈ ਗਈ ਤੇ ਉਹ ਸੀਬੀਆਈ ਕੋਲ ਜਾਣ ਦਾ ਕਾਰਨ ਕੀ ਸੀ ਕਿਉਂਕਿ ਮੈਨੂੰ ਜਿਹੜੀ ਜਾਣਕਾਰੀ ਮਿਲੀ ਸੀ ਹੂੰ ਹੂੰ ਕਿ ਸ਼ੁਰੂ ਦੇ ਵਿੱਚ ਤਾਂ ਪਮਾ ਫ੍ਰੀ ਹੈਂਡ ਕਰਤਾ ਸੀ ਐਸਆਈਟੀ ਨੂੰ ਪਰ ਬਾਅਦ ਦੇ ਵਿੱਚ ਲਗਾਮ ਚੱਲੇ ਉਹ ਲਗਾਮ ਖਿੱਚਲੇ ਤੇ ਫਿਰ ਬਾਅਦ ਦੇ ਵਿੱਚ ਪਤਾ ਲੱਗੇ ਕਿ ਬਹੁਤ ਵੱਡੇ ਵੱਡੇ ਬੰਦੇ ਆਉਂਦੇ ਆ ਤੇ ਬਾਦਲ ਸਾਹਿਬ ਤੇ ਪ੍ਰੈਸ਼ਰ ਬਿਲਡ ਪੈ ਗਿਆ ਕਹਿੰਦੇ ਕਾਕਾ ਜੀ ਢਿੱਲੇ ਹੋ ਜੋ ਥੋੜੇ ਜਦੋਂ ਗੱਲ ਢਿੱਲੇ ਹੋਣ ਵਾਲੀ ਗੱਲ ਆ ਗਈ ਤੇ ਫਿਰ ਢਿੱਲੇ ਉਹ ਆਪਾਂ ਕੰਟਲੀ ਢਿੱਲਾ ਪਾਣੀ ਰਹਿਣ ਦੀ ਮਾਮਲਾ ਮੀਡੀਆ ਚ ਆ ਗਿਆ ਤੇ ਮੀਡੀਆ ਚੋਂ ਤੋਂ ਬਾਅਦ ਫਿਰ ਉਹ ਐਸਆਈਟੀ ਦੀ ਜਿਹੜੀ ਜਾਂਚ ਸੀ ਉਹੀ ਜਾਂਚ ਆਧਾਰ ਬਣੀ ਸੀ ਇਸ ਕਰਕੇ ਮੈਨੂੰ ਉਹ ਤਦਰੁਮਾ ਹੈ ਹੂੰ ਹੂੰ ਉਸ ਤੋਂ ਬਾਅਦ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਹੋਰ ਦੇਖਿਆ ਹੁਣ ਇੱਕ ਬੜਾ ਵੱਡਾ ਸਕੈਂਡਲ ਪੰਜਾਬ ਚ ਨਿਕਲਿਆ ਸੀ ਹੂੰ ਹੂੰ ਅਜੇ ਤੱਕ ਕੋਈ ਜਿਹਾ ਸਕੈਂਡਲ ਹੀ ਨਿਕਲਿਆ ਉਹ ਸਕੈਂਡਲ ਸੀ ਕਿ ਜਿਹੜੇ ਸੇਲ ਟੈਕਸ ਤੇ ਐਕਸਾਈਜ਼ ਵਾਲੇ ਅਫੀਸਰ ਹੈ ਐਕਸਾਈਜ਼ ਐਂਡ ਸੇਲ ਟੈਕਸ ਅਫੀਸਰ ਹੈ ਬਹੁਤ ਵੱਡੇ ਕਪਲੇ ਕਰਦੇ ਜਿਹੜੀਆਂ ਵੱਡੀਆਂ ਫਰਮਾਂ ਹੈ ਹੂੰ ਹੂੰ ਵੱਡੀਆਂ ਜਿਹੜੀਆਂ ਟਰਾਂਸਪੋਰਟ ਆ ਉਹਨਾਂ ਦੇ ਨਾਲ ਲੈਣ ਦੇਣ ਕਰਕੇ ਹੂੰ ਜਿਹੜੇ ਬਾਰਡਰ ਦੇ ਉੱਤੇ ਬੰਦੇ ਤਾਇਨਾਤ ਹੁੰਦੇ ਆ ਉਹ ਫਿਰ ਬਹੁਤ ਵੱਡਾ ਮੋਟਾ ਮਾਲ ਜਿਹੜਾ ਟੈਕਸ ਚੋਰੀ ਕਰਵਾਉਂਦੇ ਸੀ ਉਹਦੇ ਵਿੱਚ ਹੂੰ ਹੂੰ ਔਰ ਉਹ ਜਿਹੜੀ ਹੈਗੀ ਆ ਤੁਸੀਂ ਦੇਖਿਆ ਹੋਣਾ ਸ਼ੰਭੂ ਬਾਰਡਰ ਤੋਂ ਜੀ ਫਲਾਣਾ ਫੜਿਆ ਗਿਆ ਵੱਡੇ ਵੱਡੇ ਵੱਡੀਆਂ ਵੱਡੀਆਂ ਮੱਛੀਆਂ ਫੜੀਆਂ ਗਈਆਂ ਸੀ ਹੂੰ 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 ਏ ਵੀ ਕਿਉਂਕਿ ਵੱਡੇ ਟਰਾਂਸਪੋਰਟਰ ਮਸ਼ਹੂਰ ਸੀ ਨਾ ਵੀ ਇਹ ਟਰਾਂਸਪੋਰਟਰ ਦੋ ਨੰਬਰ ਦਾ ਜਿਹੜਾ ਢੁਆ ਠਵਾਈ ਕਰਦੇ ਉਹਨਾਂ ਦੀ ਗੰਢ ਧੁੱਪ ਸੀਗੀ ਤੇ ਫਿਰ ਇਹ ਦੋ ਨੰਬਰ ਦਾ ਕੰਮ ਡੂਡੇ ਕਰਾਈ ਦੇ ਵਿੱਚ ਉਹ ਕਰਦੇ ਸੀ ਮਤਲਬ ਉਹ ਜਿਹੜੇ ਕਰਦੇ ਸੀ ਜਿਹੜੇ ਉਹ ਜਿਹੜੇ ਡੂਡੇ ਕਰਾਈ ਤੇ ਕਰਦੇ ਸੀ ਤੇ ਜਿਹੜੇ ਹੜੱਪਣ ਵਾਲੇ ਬੰਦੇ ਕੌਣ-ਕੌਣ ਸੀ ਹਮ ਅਪਸਰ ਕਿਹੜੇ-ਕਿਹੜੇ ਬਿਚੋਂ ਆਉਂਦੇ ਸੀ ਜਿਹੜੇ ਬੰਦੇ ਟੈਕਸ ਖਾਤਾ ਆਪਣਾ ਚੋਰੀ ਕਰਵਾਉਂਦੇ ਸੀ ਜੀ ਜੀ ਚੋਰੀ ਕਰਨ ਵਾਲੇ ਕੌਣ ਸੀ ਇਹ ਮਾਮਲਾ ਜਿਹੜਾ ਹੈ ਇਹ ਐਲਕੇ ਯਾਦਵ ਸਾਹਿਬ ਨੇ ਬਿਜੀ ਆਪਣੇ ਬਿਜੀਲੈਂਸ ਦੇ ਦਫਤਰ ਦੇ ਵਿੱਚ ਬੈਠ ਕੇ ਕੀਤਾ ਸੀ ਬਾਰੂ ਨਹੀਂ ਕੀਤਾ ਕੁਝ ਜੀ ਦਫਤਰ ਦੇ ਵਿੱਚ ਬੈਠ ਕੇ ਮੈਨੂੰ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਉਹਨਾਂ ਨੇ ਟੈਲੀਫੋਨਾਂ ਦੇ ਉੱਤੇ ਸਕ੍ਰੀਨਿੰਗ ਲਾਤੀ ਹੂੰ ਹੂੰ ਕਿ ਟੈਲੀਫੋਨਾਂ ਤੇ ਦੇਖੋ ਗੱਲਾਂ ਕੀ ਬਾਤਾਂ ਕਰਦੀਆਂ ਜਿਹੜੀਆਂ ਕੋਡ ਦੇ ਵਿੱਚ ਆਉਂਦੇ ਸੀ ਕੋਡ ਦੀ ਭਾਸ਼ਾ ਨੂੰ ਫਿਰ ਡੀਕੋਡ ਕੀਤਾ ਡੀਕੋਡ ਕੀਤਾ ਹਾਂ ਡੀਕੋਡ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਵੱਟੀਆਂ ਵੱਡੀਆਂ ਮੱਛੀਆਂ ਚੱਕੀਆਂ ਈਟੀਓ ਤਾਂ ਛੋਟੀ ਚੀਜ਼ ਐ ਬਹੁਤ ਵੱਡੀ ਹੈ ਕਮਿਸ਼ਨਰ ਲੈਵਲ ਦੇ ਬੰਦੇ ਜਿਹੜੇ ਆ ਚੱਕ ਲਿਆ ਕਿ ਆ ਜਆ ਐ ਐਸਟੀਸੀ ਚੱਕ ਲਿਆ ਫਲਾਨਾ ਚੱਕ ਲਿਆ ਤੇ ਬੜੇ ਵੱਡੇ ਵੱਡੇ ਸਿਲ ਇਸ ਕਰਕੇ ਉਮੀਦ ਇਹ ਹੈ ਕਿ ਇਹ ਬੰਦਾ ਇਹ ਦਬਾਚ ਨਹੀਂ ਹੁੰਦੀ ਐਲਕੇ ਯਾਦਵ ਸਾਹਿਬ ਦਬਾਚ ਨਹੀਂ ਹੁੰਦੇ ਜਿਹੜੀ ਗੱਲ ਸੱਚੀ ਹੈ ਉਹ ਸੱਚੀ ਕਰਨ ਵਾਲੇ ਵੇ ਇਹੀ ਕਾਰਨ ਹੈ ਕਿ ਜਦੋਂ ਦੀ ਕਮੇਟੀ ਬਣੀ ਹੈ ਇਸ ਕਮੇਟੀ ਨੇ ਮਤਲਬ ਮੇਰੇ ਖਿਆਲ ਮੁਤਾਬਕ ਸਹਾ ਨਹੀਂ ਲਿਆ ਲਗਾਤਾਰੇ ਕੰਮ ਕਰਦੇ ਤੇ ਹੁਣ ਤੱਕ ਬਹੁਤ ਸਾਰੇ ਬੰਦਿਆਂ ਦੀ ਪੁਸ਼ਕਿਸ਼ ਕਰ ਚੁੱਕੀ ਜੀ ਜਿਹੜੇ ਪੁਲਿਸ ਮੁਲਾਜ਼ਮ 14 ਤਾਰੀਖ ਨੂੰ ਸਵੇਰੇ 13 14 ਤਾਰੀਖ ਨੂੰ ਤੇ ਸੀ ਹਮ ਅਕਤੂਬਰ 13 14 2015 ਨੂੰ ਜੀ ਉਹਨਾਂ ਸਾਰਿਆਂ ਨੂੰ ਇਹਦੀ ਚਤਪਤੀਸ਼ ਦੇ ਵਿੱਚ ਇਹਨਾਂ ਨੇ ਇਨਵੋਲਵ ਕੀਤਾ ਹੈ ਅਫਸਰ ਜਿਹੜੇ ਸੀ ਉਹਨਾਂ ਨੂੰ ਇਨਵੋਲਵ ਕੀਤਾ ਇਹਦੀ ਲੇਟੈਸਟ ਪੋਜੀਸ਼ਨ ਹੈ ਲੇਟੈਸਟ ਦੇ ਵਿੱਚ ਉਹਦੇ ਵਿੱਚ ਇਹ ਹੈ ਕਿ ਕੱਲ ਇਹਨਾਂ ਨੇ ਪਹਿਲੇ ਪਹਿਲੇ ਪੜਾਅ ਦੇ ਵਿੱਚ ਇਹਨਾਂ ਨੇ ਸੁਮੇਤ ਸਿੰਘ ਸੈਣੀ ਨੂੰ 4 ਘੰਟੇ ਗ੍ਰਿਲ ਕੀਤਾ ਸੀ ਜੀ ਔਰ ਜਿਹੜੇ ਜਵਾਬ ਦਿੱਤੇ ਸੀ ਗੱਲ ਬਹੁਤ ਪੁਰਾਣੀ ਹੋ ਗਈ ਮੇਰੇ ਯਾਦ ਨਹੀਂ ਹੂੰ ਹੂੰ ਕੁਝ ਇਹੋ ਜਿਹੇ ਜਵਾਬ ਵੀ ਦਿੱਤੇ ਸੀ ਉਹਦੀ ਜਿਹੜੀ ਜਵਾਬ ਸੀ ਉਹਨਾਂ ਜਵਾਬਾਂ ਤੋਂ تسلی ਨਹੀਂ ਸੀ ਹੋਈ ਤੇ ਇਹਨਾਂ ਨੇ ਕਹਤਾ ਸੀ ਸਣੀ ਸਭ ਤੁਸੀਂ ਘਰੇ ਜਾਓ ਆਪਦੇ ਜੀ ਫੇਰ ਬੁਲਾ ਲਾਂਗੇ ਤੇ ਤੁਹਾਨੂੰ ਫੇਰ ਅਸੀਂ ਬੁਲਾਵਾਂਗੇ ਲੇਕਿਨ ਕੱਲ ਜਿਹੜੇ ਅਫਸਰ ਬੁਲਾਏ ਹੂੰ ਹੂੰ ਇਹ ਉਹ ਅਫਸਰ ਆ ਜਾਨੇ ਵਾਲਿਆ ਸਭ ਜਿਹੜੇ ਉਸ ਵੇਲੇ ਮੌਕੇ ਤੇ ਮੌਜੂਦ ਸੀ ਜੀ ਤੁਹਾਨੂੰ ਪਤਾ ਵੀ ਉਸ ਵੇਲੇ ਡੀ ਆਈ ਜੀ ਜਿਹੜੇ ਹੈ ਬਠਿੰਡਾ ਬਠਿੰਡਾ ਮਿਸਟਰ ਆਰ ਐਸ ਖਟੜਾ ਹੁੰਦੇ ਸੀ ਅੱਛਾ ਨਹੀਂ ਅਮਰ ਸਿੰਘ ਚਾਹਲ ਨਹੀਂ ਸੀ ਅਮਰ ਸਿੰਘ ਟੀਲ ਫਰੀਦਕੋਟ ਸੀ ਅੱਛਾ ਪਟੋਪੁਰ ਸੀ ਠੀਕ ਆ ਹਾਂਜੀ ਹਾਂ ਅਮਰ ਸਿੰਘ ਚਾਹਲ ਦੋ ਡੀ ਆਈ ਜੀ ਹੋਗੇ ਮਿਸਟਰ ਖਟੜਾ ਅਮਰ ਸਿੰਘ ਚੈਲ ਦੋ ਐਸਐਸਪੀ ਹੋ ਗਏ ਹਮ ਸੁਖਮੰਦਰ ਸਿੰਘ ਮਾਨ ਏਐਸਐਸਪੀ ਫਰੀਦਕੋੜਾ ਦਾ ਸੀ ਚਰਨਜੀਤ ਸਿੰਘ ਸ਼ਰਮਾ ਏਮੋਗਾ ਏਐਸਐਸਪੀ ਮੋਗਾ ਹੁੰਦਾ ਸੀ ਫਿਰਤਪਾਲ ਸਿੰਘ ਇਨਸਪੈਕਟਰ ਇਹ ਬੰਦੇ ਕੱਲ ਇਹਨਾਂ ਨੇ ਬੁਲਾ ਕੇ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਗ੍ਰਿਲ ਕੀਤਾ ਬੁਲਾਇਆ ਪਰਮਰਾਜ ਸਿੰਘ ਉਮਰਾ ਨਗਲ ਵੀ ਸੀ ਹਮਮ ਲੇਕਿਨ ਉਮਰਾ ਨਗਲ ਹੋਣਾ ਨੇ ਆਪਣੇ ਵਕੀਲ ਦੇ ਰਾਹੀਂ ਐਪਲੀਕੇਸ਼ਨ ਪੇਜੀਤੀ ਸੀ ਹਾਂ ਕਿ ਮੇਰੀ ਤਬੀਅਤ ਠੀਕ ਨਹੀਂ ਜੀ ਇਸ ਕਰਕੇ ਮੈਂ ਜਾ ਨਹੀਂ ਸਕਦਾ ਕਿ ਰੀ ਬੀਪੀ ਵਗੈਰਾ ਹੋ ਜਾਂਦਾ ਹਮਮ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਤੁਸੀਂ ਕੋਈ ਗੱਲ ਨਹੀਂ ਫਿਰ ਮੰਗਲਵਾਰ ਨੂੰ ਆਜੋ ਕੱਲ ਉਹਨਾਂ ਨੂੰ ਪੇਸ਼ੀ ਦੇ ਦਿੱਤੀ ਸੀ ਔਰ ਮੇਰੇ ਖਿਆਲ ਮੁਤਾਬਕ ਹੈ ਨੋਟਿਸ ਮਿਸਟਰ ਜਿਹੜੇ ਹੈਗੇ ਮੰਤਾਰ ਸਿੰਘ ਬਰਾੜ ਇਹਨਾਂ ਨੂੰ ਵੀ ਆ ਗਿਆ ਉਹਨਾਂ ਨੂੰ ਵੀ ਦਿੱਤਾ ਸੀ ਨੋਟਿਸ ਕਿ ਤੁਸੀਂ ਵੀ ਸ਼ਾਇਦ ਮੰਗਲਵਾਰ ਨੂੰ ਆਜੋ ਪੋਲਿਟিক্যাল ਆਦਮੀ ਜੋ ਪਹਿਲੇ ਹਮਮ ਜਿਨ੍ਹਾਂ ਨੂੰ ਬੁਲਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਤੇਲ ਜਾਮਾ ਕਿ ਉਹਨਾਂ ਨੇ ਉਹਨਾਂ ਦੀ ਕੋਠੀ 'ਚ ਬਹਿ ਕੇ ਸਾਰਾ 157 ਕਰਲਾਂ ਕੀਤੀਆਂ ਜੀ ਉਹਨਾਂ ਨੇ ਹੂੰ ਹੂੰ 157 ਮਿੰਟ ਦੀਆਂ ਕਰਲਾਂ ਮੇਰੇ ਕੱਖਲ ਬਣਦੀਆਂ ਤੇ ਉਹ ਕਲਾਂ ਕਿਹਨੂੰ-ਕਿਹਨੂੰ ਕੀਤੀਆਂ ਉਹ ਵੱਡੇ-ਵੱਡੇ ਅਫਸਰਾਂ ਨੂੰ ਕੀਤੀਆਂ ਪੁਲਿਸ ਦੇ ਅਫਸਰਾਂ ਨੂੰ ਕੀਤੀਆਂ ਡੀਜੀਪੀ ਨੂੰ ਕੀਤੀਆਂ ਔਰ ਚੀਫ ਮਿਨਿਸਟਰ ਆਫਿਸ ਦੇ ਵਿੱਚ ਵੀ ਕੀਤੀਆਂ ਚੀਫ ਮਿਨਿਸਟਰ ਰੈਜੀਡੈਂਸ ਦੇ ਉੱਤੇ ਵੀ ਕੀਤੀਆਂ ਆਫਿਸਦਾਰ ਆਸਵਲੇ ਨਹੀਂ ਸੁੱਦਾ ਉਹ ਸਾਰਾ ਕੁਝ ਲੱਗਿਆ ਹੋਇਆ ਸੋ ਲੱਗਦਾ ਇਹ ਹੈ ਕਿ ਜਿਸ ਕਿਸਮ ਦਾ ਪ੍ਰੈਸ਼ਰ ਕਾਂਗਰਸ ਪਾਰਟੀ ਦੇ ਅੰਦਰੋਂ ਬਣਿਆ ਹੋਵੇ ਹੂੰ ਹੂੰ ਕਿਉਂਕਿ ਦੀ ਜਿਹੜੀ ਐਕਸਰਸਾਈਜ਼ ਹੋਈ ਹੈ ਤੁਹਾਡੀ ਜਿਹੜੀ ਤਨ ਮੈਂ ਬਿੱਲੀ ਬਣਾਈ ਹੈ ਖੜਗੇ ਕਮੇਟੀ ਹਮ ਹਮ ਮਿਸਟਰ ਮਲਕਰਜਨ ਖੜਗੇ ਹੋਗੇ ਚਿਹਰੀ ਸ਼ਰਾਬਤ ਹੋਗੇ ਅਰ ਜੇਪੀ ਅਗਰਵਾਲ ਜਿਹੜੇ ਦਿੱਲੀ ਦੀ ਕਾਂਗਰਸ ਦੇ ਪ੍ਰੈਜ਼ੀਡੈਂਟ ਹੋਏ ਆ ਸਾਬਕਾ ਪਾਰਲੀਮੈਂਟ ਦੇ ਮੈਂਬਰ ਹੈ ਉਹਨਾਂ ਨੇ ਸਾਰਾ ਇਹ ਬੈਠ ਕੇ ਜਿਹੜੀ ਹੈਗੀ ਹੈ ਪੰਜਾਬ ਦੇ ਕੱਲੇ ਕੱਲੇ ਐਮਐਲਏ ਨੂੰ ਬੁਲਾ ਕੇ ਪੁੱਛਿਆ ਕੱਲੇ ਕੱਲੇ ਪਾਰਲੀਮੈਂਟ ਦੇ ਮੈਂਬਰ ਨੂੰ ਬੁਲਾ ਕੇ ਪੁੱਛਿਆ ਜਿੰਨੇ ਸਾਬਕਾ ਪ੍ਰਧਾਨਾ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਮਿਲੀਆਂ ਸੀ ਲੇਕਿਨ ਉਹ ਜਿੱਤ ਨਹੀਂ ਸਕੇ ਉਹਨਾਂ ਨੂੰ ਵੀ ਬੁਲਾ ਕੇ ਪੁੱਛਿਆ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਸੋ ਉਹਦੇ ਵਿੱਚ ਜਿਹੜੀ ਕੰਸੈਂਸਸ ਬਣ ਕੇ ਨਹੀਂ ਉਬਰੀ ਹੈ ਉਹ ਇਹ ਹੈ ਕਿ ਇਹ ਜਿਹੜਾ ਅਸੀਂ ਵਾਅਦਾ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਿਆਂ ਨੂੰ ਸਜ਼ਾ ਦੁਵਾੰਦਾ ਇਹ ਧਿਆਨ ਮੰਗਦਾ ਹੈ ਇਹਦੇ ਵਿੱਚ ਕੋਈ ਗੱਲ ਇਹ ਕੋਈ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਬਹੁਤਾ ਇਹ ਮਾਮਲਾ ਜਿਹੜਾ ਲਟਕਿਆ ਉਹਦੇ ਲਟਕਣ ਦਾ ਕਾਰਨ ਵੀ ਹੈ ਕਿ ਜਿਹੜਾ ਬੇਅਦਬੀ ਦਾ ਜਿਹੜਾ ਮੁੱਖ ਬੇਅਦਬੀ ਦਾ ਕਾਰਨ ਹੈ ਕਾਂਡ ਹੈ ਉਹ ਹੈਗੇ ਤਿੰਨ ਮੁਕੱਦਮੇ ਇੱਕ ਮੁਕੱਦਮਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਜੀ ਦੂਜਾ ਮੁਕਦਮਾ ਜਦੋਂ ਚੁਣੌਤੀ ਦਿੰਦੇ ਇਸ਼ਤਿਹਾਰ ਲੱਗਦੇ ਹੱਥ ਲਿਖੇ ਇਸ਼ਤਿਹਾਰ ਤੀਜਾ ਮੁਕਦਮਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਰੁਲਦੇ ਇਹ ਤਿੰਨ ਮੁਕਦਮੇ ਜਿਹੜੇ ਉਦੋਂ ਦੀ ਸਰਕਾਰ ਨੇ ਚਾਕੇ ਸੀਬੀਆਈ ਨੂੰ ਦਿੱਤੇ ਸੀ ਹਮਮ ਔਰ ਸੀਬੀਆਈ ਕੋਲੇ ਬਹੁਤ ਲੰਬਾ ਸਮਾਂ ਹੋਰ ਲਟਕੇ ਰਹੇ ਸੀ ਥੋੜਾ ਸਮਾਂ ਹੋਇਆ ਉਹਨਾਂ ਨੂੰ ਆਇਆ ਉਹਨਾਂ ਨੂੰ ਲੇਕਿਨ ਉਹਦੇ ਵਿੱਚ ਵੀ ਇਹਨਾਂ ਨੇ 6 ਬੰਦੇ ਗ੍ਰਿਫਤਾਰ ਕਰ ਲਏ ਉਹ ਜਿਹੜੀ ਹੈਗੀ ਆ ਉਹ ਐਸਪੀਐਸ ਪਰਮਾਰ ਵਾਲੀ ਐਸਆਈਟੀ ਹੈ ਹੁਣ ਐਸਆਈਟੀ ਇਕ ਨਹੀਂ ਰਹੀ ਐਸਆਈਟੀਆਂ ਤਿੰਨ ਬਣ ਗਈਆਂ ਹਮਮ ਜਿਹੜੇ ਤਿੰਨ ਮੁਕ ਜਿਹੜੀ ਹੈਗੀ ਐਸਪੀ ਐਸ ਪਰਮਾਰ ਵਾਲੀ ਹੈ ਆਈਜੀ ਬਾਰਡਰ ਨੇ ਜੀ ਹੂੰ ਹੂੰ ਜਿਹੜੀ ਤੁਹਾਡੀ ਹੋਈ ਹੈ ਕੋਟਕਪੂਰੇ ਗੋਲੀਕਾਰਡ ਹੋਇਆ ਜੀ ਜੀ ਉਹ ਹੈਗੀ ਐਲਕੇ ਯਾਸਪੂਲੇ ਹੂੰ ਹੂੰ ਤੇ ਤੀਜਾ ਜਿਹੜਾ ਜਿੱਥੇ ਦੋ ਬੰਦੇ ਮਾਰੇ ਜਾਂਦੇ ਆ ਜੀ ਬੈਬਲ ਕਲਾਕਾਰਡ ਜੀ ਉਹ ਹੈਗੀ ਹੈ ਆਈਜੀ ਨੌਨ ਹਲਸਿੰਗ ਨੌਨ ਹਲਸਿੰਗ ਉਹ ਤਿੰਨ ਐਸਆਈਟੀਆਂ ਦੇ ਤਿੰਨੇ ਐਸਆਈਟੀਆਂ ਆਪੋ ਆਪਣੇ ਥਾਂ ਤੇ ਲੱਗ ਆਪਣੇ ਆਪ ਕੰਮ ਕਰ ਰਹੀਆਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਤਿੰਨੇ ਕੇਸ ਹੈਗੇ ਉਹਨਾਂ ਕੇਸਾਂ ਦੇ ਸੰਬੰਧ ਵਿੱਚ 6 ਬੰਦੇ ਗ੍ਰਿਫਤਾਰ ਕਰ ਲਏ ਹੂੰ ਹੂੰ ਔਰ ਉਹਨਾਂ ਦੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੇ ਐ ਤਿੰਨ ਬੰਦੇ ਜਿਹੜੇ ਡੇਰੇ ਦੀ ਹਾਈ ਪਾਵਰ ਕਮੇਟੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਨਾਮਜ਼ਦ ਕਰ ਨਾਮਜ਼ਦ ਕਰ ਲਿਆ ਉਹ ਅਜੇ ਤੱਕ ਗ੍ਰਿਫਤ ਤੋਂ ਬਾਹਰ ਹੈ ਕਿਉਂਕਿ ਇਹੀ ਤਿੰਨ ਬੰਦੇ ਉਹ ਆ ਜਿਹੜੇ ਮੌਲ ਕਾਂਡ ਦੇ ਵਿੱਚ ਵੀ ਜਿਨ੍ਹਾਂ ਦਾ ਨਾਮ ਬੋਲਦਾ ਹੂੰ 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 ਅੱਛਾ ਇਹ ਤੋਂ ਬਾਅਦ ਜਿਹੜੀ ਹੈਗੀ ਐ ਹੁਣ ਇਹ ਆ ਜਿਹੜੀ ਐਸਆਈਟੀ ਯਾਦਵ ਹੋਰਾਂ ਲਈ ਐ ਇਹ ਹੈਗੀ ਕੋਰਟ ਕਪੂਰਾ ਕਾਂਡ ਵਾਲੀ ਇਹ ਤੇਜ਼ੀ ਨਾਲ ਪੜਤਾਲ ਕਰ ਰਹੀ ਹੈ ਜਿਹੜੀ ਰੱਦ ਕੀਤੀ ਹੈ ਹਾਈ ਕੋਰਟ ਨੇ ਉਹ ਇਹ ਕੀਤੀ ਸੀ ਅੱਛਾ ਜੀ ਜਿਹੜੀ ਪਹਿਲਾਂ ਵੀ ਜਿਹੜੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਸੀ ਪਹਿਲਾਂ ਤਾਂ ਲੰਬਾ ਸਮੱਸਿਆ ਸੀ सीबीआई ਕੋਲੋਂ ਕੇਸ ਲਟਕਦਾ ਰਿਹਾ सीबीआई ਤੋਂ ਬਾਅਦ ਫਿਰ ਤੁਸੀਂ ਦੇਖਣਾ ਕਿ ਉਹ ਕਮੇਟੀ ਦੇ ਚੇਅਰਮੈਨ ਲਾਤਾ ਸੀ ਮਿਸਟਰ ਆਰਐਸ ਘਟੜਾ ਘਟੜਾ ਹਾਂਜੀ ਤੇ ਫਿਰ ਖਟੜਾ ਸਾਹਿਬ ਨੂੰ ਜੇ ਦੇਖੀ ਤੇ ਖਟੜਾ ਸਾਹਿਬ ਦੀ ਨੇੜਤਾ ਅਕਾਲੀ ਦਲ ਨਾਲ ਹੂੰ 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 ਕਿਉਂਕਿ ਖਟੜਾ ਸਾਹਿਬ ਦਾ ਬੇਟਾ ਦਿਹਾਤੀ ਪਟਿਆਲਾ ਤੋਂ ਅਕਾਲੀ ਦਲ ਦਾ ਅਫੀਸ਼ੀਅਲ ਕੈਂਡੀਡੇਟ ਹੂੰ ਹੂੰ ਅਫੀਸ਼ੀਅਲ ਕੈਂਡੀਡੇਟ ਸੀ ਉਹ ਤੋਂ ਪਹਿਲਾਂ ਬਾਗੀ ਕੈਂਡੀਡੇਟ ਸੀ ਉਹ ਤੋਂ ਪਹਿਲਾਂ ਬਾਗੀ ਕੈਂਡੀਡੇਟ ਸੀ ਔਰ ਬੀਬੀ ਕੁਲਦੀਪ ਕੌਰ ਜਿਹੜੀ ਚਾਹ ਟੋੜਾ ਸਾਹਿਬ ਦੀ ਟੋੜੀ ਉਹਨਾਂ ਨੇ ਹਰਾਉਣ ਦੇ ਵਿੱਚ ਬੜਾ ਯੋਗਦਾਨ ਪਾਇਆ ਸੀ ਉਹ ਕਹੇ ਕਿ ਉਹ ਆਪਦੀ ਆਪ ਬਾਗੀ ਵੀ ਖੜਾ ਹੋਇਆ ਉਹਨੂੰ ਖੜਾ ਕਰਵਾਇਆ ਸੀ ਕਿ ਟੋੜਾ ਸਾਹਿਬ ਦੇ ਪਰਿਵਾਰ ਨੂੰ ਹੂੰ ਹੂੰ ਜਿਹੜਾ ਡੈਮੇਜ ਕਰਨੇ ਔਰ ਉਹ ਕਰਵਾਇਆ ਵੀ ਕਹਿੰਦੇ ਵੱਡੇ ਉਹਨਾਂ ਦੀ ਅਗਲੀ ਗੱਲ ਹੈਗੀ ਉਹ ਅਗਲੀ ਗੱਲ ਉਹ ਇਹ ਹੈ ਕਿ ਉਸ ਵੇਲੇ ਜਿਹੜੀ ਹੈਗੀ ਮਿਸਟਰ ਖਟੜਾ ਨੂੰ ਵੀ ਜੀ ਜੀ ਮਿਸਟਰ ਖਟੜਾ ਵਾਲੀ ਕਮੇਟੀ ਨੂੰ ਵੀ ਚੁਣੌਤੀ ਦਿੱਤੀ ਗਈ ਸੀ ਜੀ ਹਾਈ ਕੋਰਟ ਦੇ ਵਿੱਚ ਹਮਮ ਔਰ ਖਟੜਾ ਸਾਹਿਬ ਨੂੰ ਵੀ ਹਾਈ ਕੋਰਟ ਨੇ ਲਾਂਭੇ ਕਰਤਾ ਸੀ ਹਮਮ ਤੇ ਐਸ ਪੀ ਐਸ ਪਰਮਾਰ ਫੇਰ ਬਣਿਆ ਸੀ ਹਮਮ ਦੋ ਐਸ ਆਈ ਟੀਆ ਦੇ ਚੀਫ ਜਿਹੜੇ ਹੈਗੇ ਉਹ ਲਾਂਭੇ ਕਰਤੇ ਜੀ ਆਹੀ ਤਾਂ ਹੁਣ ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਛੋਟੀ ਮੋਟੀ ਚੀਜ਼ ਥੋੜਾ ਹੈ ਹਮਮ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦਾ ਗੁਰੂ ਨਹੀਂ ਜੀ ਜੀ ਇਹ ਮਾਨਵਤਾ ਦਾ ਗੁਰੂ ਹੈ ਔਰ ਦੁਨੀਆਂ ਦੇ ਵਿੱਚ ਇਹਦੀ ਪੂਜਾ ਹੁੰਦੀ ਹੈ ਉਹਦੀ ਬੇਅਦਬੀ ਹੁੰਦੀ ਹੈ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰਨ ਵਾਲੇ ਬੰਦੇ ਨੂੰ ਗੋਲੀਆਂ ਨਾਲ ਮਾਰਿਆ ਜਾਂਦਾ ਹੈ ਹਮਮ ਔਰ ਤੁਸੀਂ ਇਹ ਦੇਖੋ ਕਿ ਇਨਸਾਫ ਕਿੰਨਾ ਔਖਾ ਹੈ ਕਿ ਦੋ ਐਸਆਈਟੀਜ਼ ਜਿਹੜੀਆਂ ਬੜੀਆਂ ਹੋਈਆਂ ਉਹਨਾਂ ਐਸਆਈਟੀ ਦੇ ਮੁਖੀਆਂ ਨੂੰ ਵੀ ਉਡਾ ਦਿੱਤਾ ਜਾਂਦਾ ਹੈ ਚਲੋ ਭਲਾ ਹੋਵੇ ਹਮ ਬਜੇ ਅਜੇ ਤੱਕ ਕਹਿ ਕੇ ਜਿਹੜੀ ਉਹ ਪਰਮਾਰ ਵਾਲੀ ਕਮੇਟੀ ਹੈ ਜਿਹੜੀ ਐਸਆਈਟੀ ਹੈ ਪਹਿਲੇ ਤਨ ਕੇ ਸਾੜੀ ਜੀ ਬੇਅਦਬੀ ਵਾਲਿਆਂ ਦੀ ਉਹਦੀ ਉਹਦੀ ਪ੍ਰोसीडिंग ਸਾਰੀਆਂ ਨਹੀਂ ਉਡਾਂਗਾ ਸੀ ਪ੍ਰोसीडिंग ਵੈਸੇ ਹੈ ਵੀ ਨਹੀਂ ਸੀ ਉਹ ਤਾਂ ਸੀਬੀਆਈ ਨਿਕਲ ਲਈ ਨ ਚਿੱਠੀ ਦਿੱਤੀ ਸੀ ਉਹ ਤਾਂ ਗੱਲ ਆ ਕੇ ਹੁਣ ਸ਼ੁਰੂ ਹੁੰਦੀ ਹੈ ਔਰ ਨਾਲ ਕਬਰ ਜਿਹੇ ਪ੍ਰਤਾਪ ਸਿੰਘ ਉਹਨਾਂ ਨੂੰ ਵੀ ਹਟਾ ਦਿੱਤਾ ਸੀ ਇਹ ਹੁਣ ਤਿੰਨ ਐਸਆਈਟੀਆਂ ਬਣੀਆਂ ਔਰ ਤਿੰਨੇ ਐਸਆਈਟੀਆਂ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਬੜੀ ਤੇਜ਼ੀ ਨਾਲ ਆਪਣਾ ਕੰਮ ਨਿਪਟਾ ਰਹੇ ਨੇ ਤੇ ਮੈਨੂੰ ਉਮੀਦ ਬਹੁਤ ਵੱਡੀ ਹੈ ਜੀ ਕਿਉਂਕਿ ਬਾਕੀ ਤਾਂ ਬਹੁਤ ਕੁਝ ਹੈ ਵਿਡੈਂਸ ਦੇ ਤੇ ਨਿਰਪਰ ਹੁੰਦਾ ਹੈ ਵਿਡੈਂਸ ਕਿਹੋ ਜੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਕਿ ਜਿਹੜਾ 1984 ਦਾ ਸਿੱਕਾਤ ਲਿਆਮ ਹੋਇਆ ਉਹਦੀ ਕਿੰਨੇ ਕਿੰਨੇ ਮੁਕਦਮੇ ਸੀ ਕਿੰਨੇ ਕਮਿਸ਼ਨ ਬਣ ਗਏ ਸੀ ਕੱਖ ਨਹੀਂ ਨਿਕਲੇ ਚੋਂ ਸਭਾਈ ਇੱਕ ਆਪਾਂ ਕਹਿ ਸਕਦੇ ਫੂਲਕਾ ਸਾਹਿਬ ਹੋਰਾਂ ਦੀ ਹਿੰਮਤ ਦੀ ਬਜਾਰ ਨਾਲ ਸੱਜਨ ਕੁਮਾਰ ਨੂੰ ਕੈਦ ਹੋ ਗਈ ਨਹੀਂ ਤਾਂ ਨਹੀਂ ਬਾਕੀ ਤਾਂ ਮਾਮਲਾ ਵਿੱਚੇ ਪੈਸੀ ਜੀ 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 ਹੁਣ ਇਹਦੇ ਵਿੱਚ ਹੋਣਾ ਕੀ ਹੈ ਵਿਡੈਂਸ ਕਿਹੋ ਜੀ ਉਹਨੇ ਪਰ ਲੇਕਿਨ ਮੈਨੂੰ ਉਮੀਦ ਹੈ ਕਿ ਇਹ ਮਹੀਨੇ 20 ਦਿਨਾਂ ਦੇ ਵਿੱਚ ਤਿੰਨੇ ਐਸਆਈਟੀਆਂ ਖਾਸ ਕਰਕੇ ਜਿੰਨਾਂ ਹੈਗੀਆਂ ਇਹ ਆਪਣੀ ਇਹ ਜਿਹੜੀ ਚਾਰ ਸ਼ੀਟ ਦਰਜ ਨੂੰ ਕਰਦਿੰਗੇ ਅਦਾਲਤ ਦੇ ਵਿੱਚ ਇਹ ਤੋਂ ਬਗੈਰ ਕੋਈ ਹੋਰ ਛੁਟਕਾਰਾ ਨਹੀਂ ਹੈ ਕਾਂਗਰਸ ਪਾਰਟੀ ਵਾਸਤੇ ਵੀ ਜੀ ਚਲੋ ਸਭ ਆਪਾਂ ਇਸ ਤੋਂ ਪਹਿਲਾਂ ਕੀ ਗੱਲ ਕਰੀਏ ਹਣੀਪਰੀ ਤੇ ਰਾਮ ਰਹੀਮ ਦੀ ਇੱਕ ਗੱਲ ਇਸੇ ਚੀਜ਼ ਨਾਲ ਜੁੜਦੀ ਇੱਕ ਹੋਰ ਬਠਿੰਡੇ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇੱਥੇ ਇੱਕ ਇਲਾਕਾ ਹੈ ਵਿਚਾਰਾ ਜਿਆਦਾ ਗਰੀਬ ਲੋਕਾਂ ਦਾ ਪਛੜੇ ਲੋਕਾਂ ਦੇ ਇਲਾਕੇ ਦੇ ਗੁਰੂ ਘਰ ਦੇ ਵਿੱਚ ਅਰਦਾਸ ਹੋਈ ਸੀ ਉਹ ਅਰਦਾਸ ਦਾ ਮੁੱਦਾ ਕਾਫੀ ਜਿਹੜਾ ਉੱਭਰਿਆ ਸੀ ਭਾਰਤੀ ਜਨਤਾ ਪਾਰਟੀ ਦੇ ਲੋਕ ਬੜੇ ਜਸਟੀਫਾਈ ਕਰ ਰਹੇ ਸੀ ਉਹਨੂੰ ਕੁਝ ਪੱਤਰਕਾਰਾਂ ਦੇ ਨਾਂ ਵੀ ਵਿੱਚ ਆਏ ਸੀ ਸਿੱਖ ਜਥੇਬੰਦੀਆਂ ਵੱਲੋਂ ਪਰਚੇ ਵੀ ਦਰਜ ਕਰਵਾਏ ਗਏ ਸੀ ਵਿੱਚ ਕੋਈ ਰਜੇਸ਼ ਬਾਗਾ ਆਣ ਵੜਿਆ ਇਹ ਰਜੇਸ਼ ਬਾਗਾ ਹੁਣ ਮਾਫੀ ਮੰਗਦਾ ਫਿਰਦਾ ਇਸ ਮਾਮਲੇ 'ਚ ਕੀ ਹੋਇਆ ਜੀ ਦੇਖੋ ਗੱਲ ਇਹ ਕਿ ਜਿਹੜੀ ਉਹ ਅਰਦਾਸ ਸੀ ਹੂੰ ਹੂੰ ਉਹ ਅਰਦਾਸ ਨੂੰ ਸੀ ਸੁੱਤੇ ਸਿੱਧ ਹੋਈ ਅਰਦਾਸ ਨਹੀਂ ਕਹਿ ਸਕਦੇ ਜੀ ਉਹ ਅਰਦਾਸ ਇੱਕ ਬੜੀ ਵੱਡੀ ਸਾਜਿਸ਼ ਸੀ ਹੂੰ ਹੂੰ ਔਰ ਉਹ ਸਾਜਿਸ਼ ਜਿਹੜੀ ਸੀ ਕਾਦੇ ਵਾਸਤੇ ਸੀ ਜੀ ਉਹ ਸ਼ਾਜਿਦ ਸੀ 2022 ਦੀਆਂ ਚੋਣਾਂ ਨੂੰ ਲੈ ਕੇ ਪੋਲਰਾਈਜੇਸ਼ਨ ਕਰਵਾਈ। ਹਮਮ ਅਰੇ ਪੋਲਰਾਈਜੇਸ਼ਨ ਬੜੀ ਅਜੀਬ ਕਿਸਮ ਦੀ ਹੈ। ਜੀ ਬਾਕੀ ਭਾਰਤ ਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਭਾਜਪਾ ਵੱਲੋਂ ਆਰਐਸਐਸ ਵੱਲੋਂ ਕਰਵਾਈ ਜਾਂਦੀ ਹੈ ਉਹ Hindu ਤੇ Musalman ਦੀ ਕਰਵਾਈ ਜਾਂਦੀ ਹੈ। ਹਮਮ Musalman ਘਟ ਗਿਨਤੀ ਚ ਹੈ Hindu ਬਹੁ ਗਿਨਤੀ ਦੇ ਵਿੱਚ ਹੈ। ਉੱਥੇ ਇਲਜ਼ਾਮ ਲਾਇਆ ਜਾਂਦੇ ਆਪੋਜੀਸ਼ਨ ਪਾਰਟੀ ਕਹਿੰਦੇ ਜੀ ਅਪੀਚਮੈਂਟ ਕਰਾਉਂਦੇ ਰਹੇ ਆ ਇਹ। ਐਮਪੀ ਇਹਨਾਂ ਨੂੰ ਕਹ ਆਪਣੇ ਤੁਹਾਡੀ ਅਪੀਜ਼ ਕਰਦੇ ਰਹੇ ਆ Musalmanਾਂ ਨੂੰ। ਜੀ ਜੀ Musalmanਾਂ ਨੂੰ ਪੱਤੇਉਂਦੇ ਰਹੇ ਆ। Musalmanਾਂ ਨੂੰ ਫੈਸਿਲਿਟੀਆਂ ਦੇ ਰਹੇ ਆ। ਮਤਲਬ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਨਫ਼ਰਤ ਪੈਦਾ ਕਰਨੀ ਔਰ ਉਸ ਨਫ਼ਰਤ ਦੇ ਵਿੱਚੋਂ ਹਿੰਦੂ ਭਾਈਚਾਰੇ ਨੂੰ ਆਪ ਦੇ ਮਗਰ ਨਾਲ ਲਪਤ ਕਰਕੇ ਉਹਦੇ ਵਿੱਚੋਂ ਵੋਟਾਂ ਦੇਈ ਜਿਹੜੀ ਹੈ ਰਾਜਨੀਤੀ ਉਹ ਹਾਸਲ ਕਰਦੇ ਵੀ ਕਹਿੰਦੇ ਵਾ ਮਖਣੀ ਮੋਟਾ ਦੀ ਵੋਟਾਂ ਦੀ ਮਖਣੀ ਧਾਰਨੀ ਮਖਣੀ ਮਖਣੀ ਧਾਰਨੀ ਉਹ ਬਖਣੀ ਧਾਰਨ ਵਾਲਾ ਕੰਮ ਕਰਦੇ ਸੀ ਲੇਕਿਨ ਪੰਜਾਬ ਦੇ ਵਿੱਚ ਇਹ ਗੱਲ ਚੱਲਦੀ ਨਹੀਂ ਕਿਉਂਕਿ ਪੰਜਾਬ ਦੀ ਜੇ ਅਸੀਂ ਸਥਿਤੀ ਦੇਖੀਏ ਪੰਜਾਬ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਉਹ ਤੋਂ ਬਾਅਦ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਇਹਦੇ ਵਿੱਚ ਜਿਹੜੀ ਮਾਨਵਤਾ ਦਾ ਸੰਦੇਸ਼ ਦਿੱਤਾ ਗਿਆ ਹੈ ਇਹਦੇ ਵਿੱਚ ਊਚ ਨੀਚ ਜਾਤ ਪਾਤ ਸਭ ਕੁਝ ਖਤਮ ਕੀਤੀ ਗਈ ਹੈ ਸਿੱਖੀ ਦੇ ਵਿੱਚ ਅਸੀਂ ਠੀਕ ਹੈ ਆਪਾਂ ਅੱਜ ਦਲਤ ਕਹਿੰਦੇ ਨੇ ਦਲਤ ਬਾਦਸ਼ਾਹ ਵੀ ਸਿੱਖੀ ਦੀ ਬਾਸ਼ਾ ਨਹੀਂ ਸਿੱਖੀ ਇੱਕ ਨਹੀਂ ਹੈਗੀ ਬਿਲਕੁਲ ਸਿੱਖ ਤਾਂ ਸਿੱਖ ਹੈ ਜੀ ਹਾਂ ਇਹਦੇ ਇਹਦੇ 'ਚ ਜੇ ਅਸੀਂ ਮੈਨੂੰ ਅਨਸੂਚਿਤ ਕਬੀਲੇ ਅਨਸੂਚਿਤ ਜਾਤੀਆਂ ਦਾ ਕਹਿ ਸਕਦੇ ਹਾਂ ਲੇਕਿਨ ਦਾਲਤ ਜਾਂ ਜਿਹੜੇ ਉਹਨਾਂ ਦੀਆਂ ਜਿਮੇ ਜਾਤਾਂ ਦੇ ਨਾਲ ਲੱਗੇ ਜਾਤਪਾਤ ਖਤਮ ਹੀ ਕਰ ਦਿੱਤੇ ਗੁਰੂ ਸਿੱਖੀ ਦੇ ਵਿੱਚ ਜਾਤਪਾਤ ਦਾ ਸਿਧਾਂਤ ਹੀ ਹੈ ਨੀ ਪਰ ਸਾਡੀ ਬਦਕਿਸਮਤੀ ਇਹ ਹੈ ਸਾਡੀ ਬਦਕਿਸਮਤੀ ਹੈ ਕਿ ਸਿੱਖੀ ਦੀ ਕਮਾਂਡ ਉਹਨਾਂ ਲੋਕਾਂ ਕੋਲੇ ਆ ਗਈ ਜਿਨ੍ਹਾਂ ਲੋਕਾਂ ਨੇ ਗੁਰੂਆਂ ਦਾ ਜਿਹੜਾ ਆਸ਼ਾਸੀ ਸਿੱਖੀ ਬਣਾ ਉਹਨੂੰ ਪਾਸੇ ਕਰਕੇ ਤੇ ਜਾਤਪਾਤ ਵਾਲੇ ਪਾਸੇ ਨੂੰ ਫੇਰ ਲੈ ਗਏ ਜੀ 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 ਤੁਸੀਂ ਅੱਜ ਵੀ ਦੇਖੋ ਬਹੁਤ ਸਾਰੇ ਪਿੰਡ ਤੁਹਾਨੂੰ ਮਿਲਣਗੇ ਜਿੱਥੇ ਜਿਹੜੇ ਗਰੀਬ ਭਾਈਚਾਰਾ ਜਿਨ੍ਹਾਂ ਨੂੰ ਅਸੀਂ ਅਨੁਸੂਚਿਤ ਜਾਤੀਆਂ ਵਾਲੇ ਕਹਿੰਦੇ ਨੇ ਉਹ ਸਿਵੇ ਵੀ ਅੱਡੇ ਹੂੰ ਹੂੰ ਕਈ ਥਾਵਾਂ ਤੇ ਉਹਨਾਂ ਦੇ ਗੁਰੂ ਘਰ ਵੀ ਅ ਬੀੜ ਤੁਲਾ ਦੀ ਬੀੜ ਤੁਲਾ ਦੀ ਸਥਿਤੀ ਵੀ ਕੁਝ ਇਹੋ ਜਿਹੀ ਹੈ ਹੂੰ ਹੂੰ ਕਿਉਂਕਿ ਮੈਂ ਜਿਸ ਮੂਵਮੈਂਟ ਦੇ ਨਾਲ ਸੰਬੰਧਿਤ ਰਹਿ ਮੈਂ ਕੰਮ ਕਰਦਾ ਰਿਹਾ ਅਸੀਂ ਇਹਨਾਂ ਦੇ ਵਿੱਚ ਜਾ ਕੇ ਕੰਮ ਕਰਦੇ ਰਹੇ ਹੂੰ ਹੂੰ ਇੱਥੇ ਵੀ ਇੱਕ ਵਾਰੀ ਇਹ ਗੱਲ ਹੋਈ ਸੀ ਇੱਥੇ ਲੋਕਾਂ ਨੇ ਮਤਲਬ ਜਿਹੜਾ ਅਸੀਂ ਇੱਕ ਬੰਦਾ ਇਹਨਾਂ ਦਾ ਪਾਠ ਕਰਨ ਜਾ ਰਿਹਾ ਸੀ ਹੂੰ ਦੂਰੋਂ ਆਇਆ ਸੀ ਫਾਜ਼ਿਲ ਕਦੇ ਇਲਾਕੇ ਚੋਂ ਆਇਆ ਸੀ ਤੁਹਾਨੂੰ ਕਿਉਂਕਿ ਰਾਸਿਕ ਖਬਰ ਆਦਮੀ ਹੁੰਦਾ ਰਾਸਿਕ ਕਿਤੇ ਕੰਬੋਜ ਭਾਈਚਾਰਾ ਉਧਰ ਵੀ ਬਹੁਤ ਹੈ ਇੱਥੇ ਰਾਸਿਕ ਭਾਈਚਾਰਾ ਹੈਗਾ ਉਹ ਜਦੋਂ ਆਏ ਤੇ ਉਹਨਾਂ ਨੇ ਕਹੇ ਜੀ ਅਸੀਂ ਪਾਠ ਕਰਾਉਣਾ ਉਹ ਕਹਿੰਦੇ ਜੀ ਲੋ ਆਪਾਂ ਕਿਸੇ ਗ ਫੇਰ ਉਹ ਬੰਦਾ ਸਿਆਣਾ ਸੀ ਥੋੜਾ ਜਿਆ ਉਹਨੂੰ ਪਤਾ ਸੀ ਉਹ ਕਹਿੰਦਾ ਇਹ ਰੱਸੀ ਲੈ ਕੇ ਆਉਣੇ ਆਪਾਂ ਸ਼੍ਰੋਮਣੀ ਕਮੇਟੀ ਤੋਂ ਲੈ ਆਉਣੇ ਹੂੰ ਹੂੰ ਸ਼੍ਰੋਮਣੀ ਕਮੇਟੀ ਤੋਂ ਗੁਰੂ ਗ੍ਰੰਥ ਸਾਹਿਬ ਲੈ ਆਂਦਾ ਤੇ ਕੱਚਾ ਕੋਠਾ ਸੀ ਉਸ ਕੋਠੇ ਦੇ ਵਿੱਚ ਉਹਨਾਂ ਨੇ ਗੁਰੂ ਖਰਸਾਹ ਪ੍ਰਕਾਸ਼ ਕਰਕੇ ਉਹਦਾ ਭੋਗ ਵੀ ਪਾਇਆ ਤੇ ਉਹਦੇ ਤੇ ਹੀ ਝੰਡਾ ਚੜਾ ਕੇ ਉਹਨਾਂ ਨੇ ਕਹਿ ਸੋ ਜੀ ਅੱਜ ਤੋਂ ਸਾਡਾ ਗੁਰੂ ਘਰ ਇਹ ਹੈ ਹੁਣ ਤਾਂ ਉੱਥੇ ਤਿੰਨ ਚਾਰ ਗੁਰੂ ਘਰ ਬਣ ਗਏ ਮੇਰੇ ਖਿਆਲ ਜਿੰਨੀਆਂ ਬਸਤੀਆਂ ਉਹਨੇ ਗੁਰੂ ਘਰ ਬਣ ਗਏ ਔਰ ਇੱਥੇ ਵੀ ਜਿਹੜੀ ਜਿਹੜੀ ਹੁਣ ਇਹ ਅਰਦਾਸ ਕੀਤੀ ਸੀ ਸੁਤੇ ਸਿੰਘ ਦਾ ਅਰਦਾਸ ਨਹੀਂ ਹੈਗੀ ਹੂੰ ਹੂੰ ਇਹ ਅਰਦਾਸ ਅ ਕਿ ਹਿੰਦੂ ਭਾਈਚਾਰਾ ਮੋਦੀ ਦੇ ਨਾਂ ਦੇ ਉੱਤੇ ਪਹਿਲਾਂ ਸਾਡੇ ਨਾਲ ਹੈ। ਇਹ ਭਾਜਪਾ ਨੂੰ ਬਹੁਤ ਵੱਡਾ ਭਲੇਖ ਹੈ। ਜੀ। ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦਾ ਹਿੰਦੂ ਭਾਈਚਾਰਾ ਹੁਣ ਓਵੇਂ ਨਾਲ ਨਹੀਂ ਰਿਹਾ। ਜੀ ਜੀ। ਕਿਉਂਕਿ ਹਿੰਦੂ ਭਾਈਚਾਰੇ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਜੇ ਕਿਸਾਨ ਉੱਡਦਾ ਤੇ ਰਹਿੰਦੇ ਅਸੀਂ ਅਸੀਂ ਵੀ ਨਹੀਂ। ਦੂਜਾ ਇਨ ਇਸ ਹੀ ਕਿ ਦਲਤ ਭਾਈਚਾਰੇ ਨੂੰ ਨਾਲ ਲਾ ਕੇ ਅਸੀਂ ਜਿਹੜੀ ਹੈਗੇ ਆ ਖੱਟੀ-ਖੱਟ ਸਕਦੇ ਉਹ ਜਿਹੜੀ ਆਪھوں ਦੀ ਮੁੱਖ ਮੰਤਰੀ ਵਾਲੀ ਮੁੱਖ ਮੰਤਰੀ ਵਾਲੀ ਤੁਸੀਂ ਦੇਖੀ ਹੋਣੇ ਆ ਵੀ ਅੰਬੇਦਕਰ ਯਾਤਰਾ ਵੀ ਇਹਨਾਂ ਨੇ ਇੱਕ ਵਾਰੀ ਕੱਢਣ ਦਾ ਯਤਨ ਕੀਤਾ ਸੀ ਹੂੰ ਹੂੰ ਉਦੋਂ ਥਾਂ-ਥਾਂ ਦੇ ਉੱਤੇ BSP ਵਾਲਿਆਂ ਨਾਲ ਇਹਨਾਂ ਦਾ ਰਫੜ ਪਿਆ ਸੀ ਫਿਰ ਉਹਨੇ ਇਹ ਗੱਲ ਕਹਿਤਾ ਸੀ ਕਿ ਅਸੀਂ ਮੁੱਖ ਮੰਤਰੀ ਬਣਾਵਾਂਗੇ ਕਿਸੇ ਦਲਤ ਆਗੂ ਨੂੰ ਔਰ ਉਹਦੇ ਵਾਸਤੇ ਇਹਨਾਂ ਨੇ ਆਪਣੇ ਉਹ ਜਿਹੜੇ ਹੈਗੇ ਹੁਸ਼ਿਆਰਪੁਰ ਵਾਲੇ ਸੋਮ ਪ੍ਰਕਾਸ਼ ਸੋਮ ਪ੍ਰਕਾਸ਼ ਜੀ ਹਾਂ ਸੋਮ ਪ੍ਰਕਾਸ਼ ਦਾ ਚਿਹਰਾ ਵੀ ਅਜੇ ਤੱਕ ਅਲਾਨਿਆ ਨਹੀਂ ਲੇਕਿਨ ਉਹਨਾਂ ਨੂੰ ਅੱਗੇ ਜ਼ਰੂਰ ਕਰ ਦਿੱਤੇ ਇੱਕ ਵੱਡਾ ਫੈਕਟਰ ਹੋਰ ਸੀ ਜੀ ਉਹ ਇਹ ਸੀ ਕਿ ਜਿਹੜੇ ਡੇਰਾ ਪ੍ਰੇਮੀ ਹੈ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਵੀ ਲੈਣੀਆਂ ਸੋ ਜਿਹੜੀ ਉਹ ਅਰਦਾਸ ਹੋਈ ਹੈ ਅਰਦਾਸ ਆਪਣੇ ਆਪ ਨਹੀਂ ਹੋਈ ਸੀ ਉਸ ਅਰਦਾਸ ਨੂੰ ਕਰਵਾਉਣ ਦੇ ਲਈ ਜਿਹੜੀ ਸਾਰੀ ਪਲਾਨਿੰਗ ਕੀਤੀ ਸੀ ਉਹ ਸੁਖਪਾਲ ਸਿੰਘ ਸਰਾਹਣੀ ਕੀਤੀ ਜਿਹੜਾ ਬੀਜੇਪੀ ਦਾ ਸੈਕਟਰੀ ਹੈ ਸੈਕਟਰੀ ਹੈ ਉਹਨੇ ਸਾਰਾ ਕੁਝ ਕਰਵਾਇਆ ਕਰੋ ਐਵਿਡੈਂਸ ਸਾਹਮਣੇ ਆ ਗਈ ਹੁਣ ਤਾਂ ਸਾਰੇ ਸੂਦ ਸਾਹਮਣੇ ਆ ਗਏ ਆ ਤਤਕੋਚ ਕਮੇਟੀ ਨੇ ਵੀ ਕਰ ਲਿਆ ਪੁਲਿਸ ਕੋਲੇ ਵੀ ਗੱਲ ਆ ਤੇ ਉਥੇ ਜਿਹੜੀ ਅਰਦਾਸ ਕੀਤੀ ਗਈ ਉਸ ਅਰਦਾਸ ਦੇ ਵਿੱਚ ਜਿੱਥੇ ਮੋਦੀ ਦੀ ਮਤਲਬ ਜਿਹੜੀ ਮਹਿਮਾ ਗਾਇ ਕੀਤੀ ਗਈ ਹੈ ਮੋਦੀ ਨੂੰ ਬੜਾ ਵਧੀਆ ਬੰਦਾ ਕਿਹਾ ਗਿਆ ਉਥੇ ਨਾਲ ਡੇਰਾ ਮੁਖੀ ਰਾਮ ਰਹੀਮ ਦੇ ਸੋਲੇ ਵੀ ਗਾਏ ਗਏ ਸੋਲੇ ਵੀ ਗਾਏ ਇਹ ਵੀ ਗੱਲ ਕਿਹਾ ਕਿ ਜੀ ਉਹ ਦਾ ਡਾਕਟਰ ਗੁਰਮੀਤ ਰਾਮ ਰਹੀਮ ਸਿੰਘਾ ਕਰਦਾ ਪੁਰਾਣਾ ਮੈਂ ਸਾਰਾ ਕੁਝ ਕੀਤਾ ਕਰ ਰਿਹਾ ਸੀ ਸੋ ਇਹ ਜੋ ਸਾਰਾ ਕੁਝ ਹੋ ਗਿਆ ਤੇ ਇਹਦੇ ਵਿੱਚ ਫਿਰ ਕਿ ਐਫਆਈਆਰ ਦਰਜ ਹੋਈ ਹੈ ਜਿਹੜੀ ਐਫਆਈਆਰ ਦਰਜ ਹੋਈ ਹੈ ਉਹ ਐਫਆਈਆਰ ਦਰਜ ਕਿਸੇ ਸਧਾਰਨ ਵਿਅਕਤੀ ਦੇ ਨਾਮ ਦੇ ਸ਼ਿਕਾਇਤ ਤੇ ਨਹੀਂ ਹੋਈ ਜੀ ਹਰਪਾਲ ਸਿੰਘ ਖਾਰਾ ਬਠਿੰਡਾ ਦੇ ਇੱਕ ਵਕੀਲ ਹੈਗੇ ਜੀ ਜਿਹੜੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੇ ਆ ਸਿੱਖਾਂ ਦੇ ਕੇਸਾਂ ਦੀ ਪੈਰ ਵੀ ਕਰਦੇ ਹਰਪਾਲ ਸਿੰਘ ਖਾਰਾ ਨੇ ਐਸਐਸਪੀ ਨੂੰ ਮੈਮੋਰੰਡਮ ਦਿੱਤਾ ਹਮ ਹਮ ਦਰਖਾਸਤ ਦਿੱਤੀ ਜੀ ਆ ਮਾਮਲਾ ਸਾਡੀਆਂ ਭਾਵਨਾਵਾਂ ਜੀ ਕਿ ਕੇਸ ਰਜਿਸਟਰ ਕਰੋ ਉਹ ਕੇਸ ਰਜਿਸਟਰ ਹੋ ਗਿਆ ਬੀਜੇਪੀ ਵਾਲਿਆਂ ਨੂੰ ਕਿਉਂਕਿ ਜਿਹੜੀ ਹੈ ਜੇ ਜੇ ਮੈਨੂੰ ਤਾਂ ਕਿਸੇ ਬੰਦੇ ਨੇ ਕਿਹਾ ਕਹਿੰਦੇ ਵੀ ਜੇ ਕਿਸੇ ਦੀ ਕੁੜੀ ਜਨਮ ਪੈਦਾ ਹੋ ਜੇ ਨਾ ਪਰਿਵਾਰ ਚ ਵੈਸੇ ਕੁੜੀ ਮੁੰਡੇ ਚ ਕੋਈ ਅੱਜ ਦੇ ਜ਼ਮਾਨੇ ਚ ਵਰਕੀਜ਼ ਉਹ ਕੁੜੀ ਘਰ ਚੱਕੀ ਗਏ ਮੁੰਡੇ ਦੇ ਨਾਲ ਕਹਿੰਦੇ ਜੇ ਕੁੜੀ ਹੋ ਜੇ ਤਾਂ ਉਦੋਂ ਵੀ ਕਹਿ ਦਿੰਦੇ ਭਾਲਦਾ ਹੁਣ ਤੂੰ ਮੁੰਡੇ ਭਾਲਦਾ ਕਾਂਗਰਸ ਦੇ ਰਾਜ ਦੇ ਵਿੱਚ ਸਥਿਤੀ ਉਹ ਬੀਜੇਪੀ ਦੀ ਹੈ ਉਹਨਾਂ ਨੂੰ ਸੁਪਨੇਤ ਵੀ ਕਾਂਗਰਸ ਜਿਹੜੀ ਡਰਾਈ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਟੱਕਰ ਉਹਨਾਂ ਦੀ ਕਾਂਗਰਸ ਨਾਲ ਵੈਸੇ ਤਾਂ ਉਹ ਟੱਕਰ ਚ ਹੀ ਹੈ ਨਹੀਂ ਟੱਕਰਤੀ ਹੈ ਨਹੀਂ ਕਿ ਪਰ ਉਹ ਮੰਨਦੇ ਵੀ ਸਾਡੀ ਕਾਂਗਰਸ ਨਾਲ ਟੱਕਰ ਹੈ ਰੂਲਿੰਗ ਪ ਉਹ ਕਹਿੰਦੇ ਜੀ ਇਹ ਜਿਹੜੀ ਜਿਹੜੀ ਕੇਸ ਰਜਿਸਟਰ ਕਰਵਾਇਆ ਨਾ ਇਹ ਕਾਂਗਰਸ ਪਾਰਟੀ ਨੇ ਕਰਵਾਤਾ ਅੱਛਾ ਜੀ ਹਰਪਾਲ ਸਿੰਘ ਖਾਰਾ ਸਿੱਖ ਹੈ ਹਰਪਾਲ ਸਿੰਘ ਖਾਰਾ ਸਿੱਖਾਂ ਦੇ ਵਕੀਲ ਹੈ ਜਦੋਂ ਇਹ ਇਲਜ਼ਾਮ ਲਾਤਾ ਜਿੱਤੇ ਉਹਨਾਂ ਨੇ ਕਾਂਗਰਸ ਵਾਲ ਨੇ ਕਰਾਤੇ ਦਾ ਮਤਲਬ ਹੈ ਹਰਪਾਲ ਸਿੰਘ ਖਾਰਾ ਕਾਂਗਰਸੀ ਜੀ ਕਾਂਗਰਸੀ ਕਿਸੇ ਸਿੱਖ ਵਕੀਲ ਨੂੰ ਕਹਿ ਦੇਣਾ ਡਾਂਗੂ ਭਜਦੀ ਹੈ ਉਹ ਸਭ ਦੇ ਬੇਰੇ ਬੇਰੇ ਤੇ ਕਾਂਗਰਸ ਵਾਲੇ ਬੰਦੇ ਨੇ ਲਾਤਾ ਉਹਨਾਂ ਨੇ ਜੀ 5 ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਤਾ ਅੱਛਾ ਜੀ ਬੀਜੇਪੀ ਦੇ ਆਗੂ ਨੂੰ ਰਜੇਸ਼ ਬਾਗਾ ਨੂੰ ਤੇ ਮਰਜੇਸ਼ ਬਾਗਾ ਬਾਰੇ ਦੱਸਿਆ ਰਜੇਸ਼ ਬਾਗਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ ਹੂੰ ਹੂੰ ਉਦੋਂ ਜਿਹੜਾ ਐਸ ਸੀ ਐਸਟੀ ਕਮਿਸ਼ਨ ਬਣਿਆ ਸੀ ਪੰਜਾਬ ਵਾਲਾ ਜੀ ਜੀ ਉਹ ਐਸ ਸੀ ਐਸਟੀ ਕਮਿਸ਼ਨ ਦਾ ਮੁਖੀ ਜਿਹੜਾ ਹੈਗਾ ਜਾਂ ਪੰਜਾਬ ਦਾ ਚੇਅਰਮੈਨ ਰਜੇਸ਼ ਬਾਗਾ ਹੁੰਦਾ ਸੀ ਹੂੰ ਹੂੰ ਹੁਣ ਜਿਹੜੇ ਹੈਗੇ ਆ ਸੰਪਲਾ ਜਮੇ ਵਿਜੇ ਸੰਪਲਾ ਸਾਹਿਬ ਹੈ ਉਹ ਹੁਣ ਇਸ ਵੇਲੇ ਕੌਮੀ ਚੇਅਰਮੈਨ ਹੈ ਹਮਮ ਔਰ ਵਿਜੇ ਸੰਪਲਾ ਸਾਹਿਬ ਵੀ ਪਹਿਲੇ ਦਿਨ ਤੋਂ ਜਿਉਂ ਇਹਨਾਂ ਨੇ ਗੱਲ ਨਹੀਂ ਪੁੱਛੀ ਵੀ ਕੀ ਹੋਇਆ ਉਹ ਜੇ ਉਹ ਆਈਸੀਐਮਪਰ ਸਰ ਆਏ ਦਿੱਲੀ ਨੂੰ ਪਰਸਰਾ ਆਈਸੀ ਤੇ ਉੱਥੇ ਆ ਕੇ ਕਹਿੰਦੇ ਜੀ ਦਲਤਾਂ ਦੇ ਖਿਲਾਫ ਪਰਚਾ ਦਿੱਤਾ ਪੰਜਾਬ ਸਰਕਾਰ ਨੇ ਬੜੀ ਮਾੜੀ ਗੱਲ ਕੀਤੀ ਹੈ ਉਹ ਇਸ ਗੱਲ ਨੂੰ ਭੁੱਲ ਕੇ ਵੀ ਕਿੱਡਾ ਵੱਡਾ ਸਿੱਖ ਭਾਈ ਤੇ ਰਹਿ ਜਿਹਦੀਆਂ ਭਾਵਨਾ ਮੈਂਦਰ ਹੁੰਦੀਆਂ ਤੁਸੀਂ ਇਹਨਾਂ ਨੂੰ ਕਿਵੇਂ ਬਗੈਰ ਕਿਸੇ ਗੱਲ ਤੋਂ ਫਿਰ ਉਹ ਇੱਥੇ ਵੀ ਕਹਿੰਦੇ ਜੀ ਮੈਂ ਤਾਂ ਜਾਊਂਗਾ ਉੱਥੇ ਹੂੰ ਹੂੰ ਇੱਥੇ ਵੀ ਆਉਣ ਵਾਸਤੇ ਸਾਰੀ ਬੀਜੇਪੀ ਹੱਥਾਂ ਪੈਰਾਂ ਚ ਆ ਗਈ ਸੀ ਵੀ ਆਹ ਮੁੱਦਾ ਸਾਡੇ ਕੋਲੇ ਆ ਗਿਆ ਤੇ ਸਾਡੇ ਅਸੀਂ ਸਰਕਾਰ ਬਣਾ ਲਈ ਅਸੀਂ ਸਰਕਾਰ ਬਣਾ ਲਾਂਗੇ ਤੇ 117 ਸੀਟਾਂ ਜਿੱਤ ਕੇ ਪੈਗੇ ਸੀ ਹੂੰ ਹੂੰ ਪਰ ਹੁਣ ਜਦੋਂ ਜਿਹੜੀ ਜਿਹੜੀ ਹਕੀਕਤ ਸਾਹਮਣੇ ਆਉਂਦੀ ਹੈ ਉਹ ਕਹਿੰਦੇ ਆਜੋ ਜੀ ਅਸੀਂ ਕੁਟਦੇ ਨਹੀਂ ਮਾਰਦੇ ਨਹੀਂ ਗਾਲ ਨਹੀਂ ਕੱਢਦੇ ਧੋਪੜ ਨਹੀਂ ਕੱਢਦੇ ਮੰਦੀ ਪਾਸ਼ਾ ਨਹੀਂ ਬੋਲਦੇ ਕਾਨੂੰਨ ਮੁਤਾਬਕ ਗੱਲ ਕਰਾਂਗੇ ਵਕੀਲ ਆ ਮੈਂ ਜੀ ਮੇਰੀ ਤਾਂ ਹੀਠੀ ਹੋ ਗਈ ਮੈਨੂੰ ਤੁਸੀਂ ਕਾਂਗਰਸੀ ਕਿਵੇਂ ਕਹਤਾ ਲਓ ਜੀ 5 ਕਰੋੜ ਰੁਪਏ ਦਾ ਮੈਂ ਤਾਂ ਤੁਹਾਡੇ ਤੇ ਦਾ ਦੇ ਸਾਬਰ ਸਾਹਿਬ ਨੇ ਨਾਲ ਦੀ ਨਾਲ ਹੀ ਮਾਫੀ ਆਪਰੇ ਸੌਰੀ ਬਾਗਲਾ ਨੇ ਬਾਗਾ ਸਾਹਿਬ ਨੇ ਹਰਕੇਸ਼ ਬਾਗਾ ਸਾਹਿਬ ਨੇ ਤਾਂ ਜੀ ਮਤਲਬ ਹੈ ਵੀ ਨਾਲ ਦੀ ਨਾਲ ਜੁੱਤੀ ਲਾ ਕੇ ਤੇ ਹੱਥ ਬਨ ਕੇ ਖੜਾ ਹੋ ਗਿਆ ਜੀ ਮੈਨੂੰ ਕਰੋ ਮਾਫ ਮੇਤੋ ਗਲਤੀ ਹੋ ਗਈ ਮੈਂ ਆਪਣੀ ਗਲਤੀ ਤੇ ਪਛਤਾਪ ਕਰਦਾ ਹੂੰ ਉਹਨ ਪਛਤਾਪ ਵੀ ਕਰਨ ਲੱਗੇ ਮਤਲਬ ਤੁਸੀਂ ਦੇਖ ਲਓ ਬਣਾਉਣੀ ਸਰਕਾਰ ਹੈ ਤੇ ਕਿੰਨੀ ਦਲੇਰ ਜਮਾਤ ਹੈ ਇੱਕ ਜਿਹੜੀ ਜਿਹਨੂੰ ਗਿੱਦਰ ਚ ਠੀਕ ਨਹੀਂ ਆਪਾ ਖਾਰਾ ਸਾਹਿਬ ਨੇ ਗਿੱਦਰ ਚ ਗਿੱਦਰ ਚਿੱਠੀ ਗੱਡੀ ਸੀ ਇੱਧਰ ਚਿੱਠੀ ਭੇਜੀ ਸੀ ਤੇ ਗਿੱਦਰ ਚਿੱਠੀ ਦਾ ਤਪ ਤੇ ਜੀ ਨਹੀਂ ਚਲੇ ਗਿਆ ਹੂੰ ਜੀ ਤਲੋ ਸਭ ਐਸੇ ਇਹ ਤਾਂ ਅੱਕੀ ਕੀ ਹੋ ਸਕਦਾ ਕਿਉਂਕਿ ਕਾਫੀ ਮੈਂ ਇਹਦੇ ਵਿੱਚ ਫਾਈਂਡਿੰਗਸ ਮੈਂ ਪੜੀਆਂ ਸੀਗੀਆਂ ਥੋੜਾ ਜਿਹਾ ਮੌਕਾ ਮਿਲਿਆ ਬੜਾ ਡਿਟੇਲ ਨਾਲ ਫੋਨ ਕਰਲਾ ਸਾਰਾ ਕੁਝ ਸਾਜ਼ਿਸ਼ ਦੀਆਂ ਗੱਲਾਂ ਹੋਈਆਂ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਵੀ ਮੀਡੀਆ ਦੇ ਬੰਦੇ ਵੀ ਵਿੱਚ ਇਨਵੋਲ ਨਹੀਂ ਮੀਡੀਆ ਦੀ ਦੇਖੋ ਮੀਡੀਆ ਦੀ ਗੱਲ ਨੂੰ ਜੂ ਆਪਾਂ ਇਨਵੋਲ ਕਹਿ ਦਿੰਦੇ ਆ ਮੀਡੀਆ ਵਾਲਿਆਂ ਨੇ ਜੋ ਦੱਸਤਾ ਵੀ ਇਹ ਖਬਰ ਹੈ ਤੁਹਾਨੂੰ ਹੁਣ ਇੱਥੇ ਕੋਈ ਆ ਕੇ ਕਹਦੇ ਆ ਖਬਰ ਆ ਤੁਸੀਂ ਖਬਰ ਨਹੀਂ ਕਰੋਗੇ ਹੂੰ ਹੂੰ ਮੀਡੀਆ ਵਾਲੇ ਖਬਰ ਕਰਨਾ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਖਬਰ ਹੋ ਆਪ ਹੋ ਰਹੀ ਹੈ ਕਿਰਾਈ ਕੀ ਨੇ ਕਰਾਈ ਜਿਹੜੀ ਹੈਗੀ ਆ ਇਹ ਸੁਖਪਾਲ ਸਿੰਘ ਸਰਾਨੇ ਕਰਾਈ ਆ ਕਿਉਂਕਿ ਸੁਖਪਾਲ ਸਿੰਘ ਸਰਾਨੇ ਪਹਿਲਾਂ ਜਿਹੜੀ ਇੱਕ ਵੀਡੀਓ ਬਣਾਈ ਸੀ ਉਹਨੇ ਆਪਣੇ ਮੋਬਾਈਲ ਤੇ ਬਣਾਈ ਸੀ ਹੂੰ ਹੂੰ ਉਹਨੇ ਆਪਣੇ ਮੋਬਾਈਲ ਤੇ ਬਣਾ ਕੇ ਉਹ ਵੀ ਮੀਡੀਆ ਨੂੰ ਜਾਰੀ ਕੀਤੀ ਸੀ ਕਿ ਇਹਨੂੰ ਜਾਇਬ ਕਰ ਦਿਓ ਉਹਨਾਂ ਨੇ ਦੇਖਿਆ ਕਹਿੰਦੇ ਵੀ ਇਹ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਗੱਲ ਬਣਦੀ ਨਹੀਂ ਇਹ ਜਿਹੜੀ ਐ ਫਰੇਮ ਚ ਨਹੀਂ ਹੁੰਦੀ। ਹੂੰ ਉਹ ਕਹਿੰਦਾ ਬਾਬਾ ਦਾ ਰੋਜ਼ ਹੀ ਕਰਦਾ। ਹੂੰ ਅਰਦਾਸ ਕਹਿੰਦੇ ਇੱਕ ਦਿਨ ਦੇਣੀ ਉਹ ਰੋਜ਼ ਅਰਦਾਸ ਕਰਦੇ ਤੁਸੀਂ ਆਪਣਾ ਬੰਦਾ ਭੇਜਦੇ ਤੇ ਕਵਰ ਕਰ ਲਾਂਗੇ। ਹੂੰ ਹੂੰ ਉਹਨਾਂ ਨੇ ਆਪਣਾ ਬੰਦਾ ਭੇਜਤਾ ਕਵਰ ਕਰ ਲਿਆ ਪਰ ਉਹਦੇ ਪਤਾ ਸੀ ਕਿ ਮੀਡੀਆ ਨੇ ਕਵਰ ਕਰਨ ਵਾਸਤੇ ਉਹਨੇ। ਜੀ ਜੀ ਉਹਦੇ ਫਿਰ ਸਾਰਾ ਬਾਤਾਵਰ ਨਹੀਂ ਤਬਦੀਲ ਕਰਤਾ। ਹੂੰ ਜਿਹੜੀ ਪਹਿਲੀ ਵੀਡੀਓ ਹੈ ਉਹ ਪਹਿਲੀ ਵੀਡੀਓ ਚਿੱਟੇ ਕੱਪੜੇ ਵਾਲੀ ਹੈ। ਹੂੰ ਹੂੰ ਦੂਜੀ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਖਾਲਸਾ ਹੀ ਲਿਵਾਸ ਬੰਦੇ ਦੇ ਪਾਏ ਹੋਏ। ਹੂੰ ਉਹਦੇ ਹੱਥ ਦੇ ਵਿੱਚ ਜਿਹੜਾ ਹੈਗਾ ਵਰਸ਼ਾ ਫੜਿਆ ਹੋਇਆ। ਹੂੰ ਹੂੰ ਹਰ ਹੱਥ ਦੇ ਅਰੋ ਪਾ ਕੇ ਫਿਰ ਉਹ ਬੰਦਾ ਉੱਥੇ ਅਰਦਾਸ ਕਰਦਾ ਹੁਣ ਇਹ ਜਿਹੜੀ ਪਲੈਨਿੰਗ ਕੀਤੀ ਹੈ ਮੇਰੀ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਅੱਜ ਤੱਕ ਜਦੋਂ ਅਰਦਾਸ ਹੁੰਦੀ ਆਪਾਂ ਭਵੇਂ ਸਿੰਘਾ ਦੀ ਵੀ ਅਰਦਾਸ ਦੇਖੀ ਉੱਥੇ ਜਿਹੜਾ ਅਰਦਾਸੀਆ ਸਿੰਘ ਹੈ ਅਰਦਾਸੀਆ ਸਿੰਘ ਦੇ ਹੱਥ ਦੇ ਵਿੱਚ ਕਦੇ ਤੁਸੀਂ ਬਰਸ਼ਾ ਨਹੀਂ ਦੇ ਕੋਈ ਨਹੀਂ 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 ਬਿਲਕੁਲ ਨਹੀਂ ਕਦੇ ਵੀ ਨਹੀਂ ਹੁੰਦੀ ਇਹ ਤਾਂ ਮੈਂ ਤਾਂ ਹਜੂਰ ਸਾਹਿਬ ਵੀ ਜਾ ਕੇ ਦੇਖ ਕੇ ਆ ਪਟਨਾ ਸਾਹਿਬ ਤਾਂ ਮੈਂ ਗਿਆ ਨਹੀਂ ਕਿਤੇ ਵੀ ਇਹ ਗੱਲ ਇਹ ਪ੍ਰਥਾ ਨਹੀਂ ਚੱਲਦੀ ਤੇ ਇਹ ਪ੍ਰਥਾ ਉੱਥੇ ਚਲਾਈ ਕਿਉਂਕਿ ਇਹਦੇ ਨਾਲ ਉਹਨਾਂ ਨੇ ਦਿਖਾਉਣਾ ਸੀ ਕਿ ਜੀ ਆ ਪੱਕੇ ਜਿਹੜੇ ਸਿੱਖ ਹੈ ਉਹ ਸਾਡੇ ਨਾਲ ਖੜੇ ਇਹ ਪਲਾਨਿੰਗ ਜਿਹੜੀ ਸਾਰੀ ਸੁਖਪਾਲ ਸਿੰਘ ਸਰਾਂ ਸੀ ਅਰ ਸੁਖਪਾਲ ਸਿੰਘ ਸਰਾਂ ਨੂੰ ਚ ਨਾਮਜ਼ਦ ਕਰ ਦਿੱਤੇ ਜੀ ਪਰ ਉਹ ਮੀਡੀਆ ਨੂੰ ਜੇ ਆਪਾਂ ਕਰਦੇ ਤਾਂ ਫਿਰ ਰਿਪੋਰਟਿੰਗ ਹੀ ਖਤਮ ਹੋ ਜਾਣੀ ਅੱਜ ਲਈ ਹੁਣ ਆਪਾਂ ਗੱਲਾਂ ਕਰੀ ਜਾਂਦੇ ਆ ਆਪਾਂ ਨਰਿੰਦਰ ਮੋਦੀ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸਾਰਿਆਂ ਨੂੰ ਰਿਟਾਇਰਰੀ ਚ ਕਿਹੜਾ ਕਰਦ ਨੇ ਹੂੰ ਹੂੰ ਤੇ ਫਿਰ ਉਹਦੇ ਚ ਇਹ ਆ ਜੂਗੀ ਵੀ ਜਿਹੜੀ ਕੌਨਸਪਿਰੇਸੀ ਦੇ ਵਿੱਚ ਤੁਸੀਂ ਵੀ ਹੋਣੇ ਕਿਉਂਕਿ ਆਪਾਂ ਜ਼ਿਕਰ ਕਰਦੇ ਉਹਨਾਂ ਨੇ ਜਿਹੜੀ ਬਣਵਾਈ ਆ ਬਣਵਾਈ ਸੁਖਪਾਲ ਸਰਾ ਨੇ ਔਰ ਮੇਰੇ ਖਿਆਲ ਮੁਤਾਬਕ ਹੈ ਜੀ ਇਹਨੂੰ ਉਸ ਪਾਸੇ ਨੂੰ ਲੈ ਕੇ ਜਾਣਗੇ ਸਗੋਂ ਇੱਕ ਨਵਾਂ ਕਲੇਸ਼ ਖੜਾ ਕਰਨਗੇ ਉਧਰ ਨੂੰ ਜਾੜੀ ਨਹੀਂ ਚਾਹੀਦੀ ਗੱਲ ਕਿਉਂਕਿ ਕੌਨਸਪਿਰੇਟਰ ਹੈ ਜਿਹੜੇ ਕੌਨਸਪਿਰੇਟਰ ਨੰਗੇ ਹੋਣੇ ਚਾਹੀਦੇ ਕਈ ਵਾਰੀ ਆਮ ਤੌਰ ਦੇ ਉੱਤੇ ਹੁੰਦੀ ਜਦੋਂ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੋ ਜਾਂਦੇ ਹੂੰ ਹੂੰ ਉਦੋਂ ਕਹਿੰਦੇ ਨੇ ਵੀ ਸਾਰੇ ਇਹਦਾ ਸਾਰਾ ਕਿਸਟਿਕ ਪੇ ਦੇ ਹੂੰ ਹੂੰ ਇਥੇ ਵੀ ਇਹੀ ਗੱਲ ਹੋਣੀ ਹੈ ਕੌਨਸਪਰੇਟਰ ਹੈ ਜਿਹੜੇ ਕੌਨਸਪਰੇਟਰ ਨੂੰ ਬਖਸ਼ਣਾ ਚਾਹੀਦਾ ਬੇਗੁਨਾਹ ਨੂੰ ਆਉਣਾ ਚਾਹੀਦਾ ਹਾਂ মিডিਆ ਬਾਰੇ ਸੀ ਗੱਲ ਜਰੂਰ ਕਹਾਂਗੇ ਕਿ মিডিਆ ਦੇ ਲੋਕਾਂ ਨੂੰ ਇੰਨਾ ਸੁਚੇਤ ਜਰੂਰ ਹੋਣਾ ਚਾਹੀਦਾ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਕੌਨਸਪਰੇਸੀ ਹੈ ਜਿਹੜੀ ਇਹ ਅਮਨ ਤੇ ਕਾਨੂੰਨ ਵਾਸਤੇ ਖਤਰਾ ਪੈਦਾ ਹੋ ਸਕਦਾ ਹੈ ਭਾਈਚਾਰਕ ਜਿਹੜੀ ਸਾਡੀ ਸਾਂਝ ਆ ਉਹ ਤੋੜ ਸਕਦੀ ਹੈ ਤੋੜ ਸਕਦੀ ਹੈ ਔਰ ਇਹ ਭਾਈਚਾਰਕ ਸਾਂਝ ਜੇ ਟੁੱਟਦੀ ਹੈ ਤੇ ਪਤਾ ਨਹੀਂ ਹਾਲਾਤ ਕੀ ਬਣ ਜਾਂਦੇ ਹੂੰ ਹੂੰ ਉਹਦੇ ਵਿੱਚ ਜਿਹੜੇ ਕਮਲੇ ਬੰਦੇ ਹੈ ਕਈ ਵਾਰੀ ਬੰਦੇ ਜਜ਼ਬਾਤੀ ਹੋ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਈ ਆਪਾਂ ਨੂੰ ਖੜਕੂ ਕਹਿ ਦੋ ਕੁਝ ਵੀ ਕਹਿ ਦੋ ਕੋਈ ਕਹਿੰਦੇ ਜੀ ਸਿੱਖ ਹੈ ਸਿੱਖ ਸਿੱਖ ਤਾਂ ਕਿਤੇ ਵੈਲੈਂਟ ਹੁੰਦੇ ਨਹੀਂ ਹੂੰ ਹੂੰ ਸਿੱਖਾਂ ਦੀਆਂ ਜਿੰਨੀਆਂ ਵੀ ਆਪਾਂ ਸਿੱਖ ਇਤਿਹਾਸ ਨੂੰ ਪੜ੍ਹੀਏ ਸਿੱਖ ਆਪਾਂ ਫਲਸਫੇ ਨੂੰ ਪੜ੍ਹੀਏ ਸਿੱਖ ਤਾਂ ਬੈਲੈਂਟ ਹੁੰਦਾ ਹੀ ਨਹੀਂ ਨੀ ਸਿੱਖ ਤਾਂ ਸਵੇ ਰੱਖਿਆ ਦੀ ਖਾਤਰ ਜੇ ਉਹਦੇ ਤੇ ਹਮਲਾ ਹੁੰਦਾ ਆਪਣੇ ਤੇ ਹੁੰਦੇ ਹਮਲੇ ਨੂੰ ਦੇ ਬਚਾ ਦੇ ਵਿੱਚੋਂ ਲੜਾਈ ਲੜਦੋ ਕਿਸੇ ਨੂੰ ਮਾਰਦਾ ਨਹੀਂ ਲੇਕਿਨ ਜਿਹੜੇ ਬੰਦੇ ਉੱਚ ਰਹਿ ਜਾਂਦੇ ਬੰਦੇ ਨੂੰ ਮਾਰ ਦਿੰਦੇ ਉਹਨਾਂ ਨੂੰ ਆਪਾਂ ਕਮਲੇ ਕਮਾਂਗੇ ਉੜਨੋਪਾ ਇਮੋਸ਼ਨਲ ਕਮਾਂਗੇ ਇਹੋ ਜੀ ਇਹ ਮੀਡੀਆ ਨੂੰ ਦੇਖਣਾ ਚਾਹੀਦਾ ਕਿ ਜਦੋਂ ਤੁਸੀਂ ਕਿਸੇ ਦੇ ਟਹੇ ਚੜ ਕੇ ਇਸ ਕਿਸਮ ਦੀ ਰਿਪੋਰਟਿੰਗ ਕਰ ਰਹੇ ਹੋ ਤਾਂ ਉਹ ਤੁਸੀ ਆਪ ਦੇ ਲਈ ਵੀ ਪੰਗੇ ਸਹਿੇੜ ਦਿਓ ਜੀ ਤੇ ਚਲੋ ਸਭ ਵਿੱਚ ਆਪਣੇ ਅਰਦਾਸ ਦੇ ਵਿੱਚ ਵੀ ਤੁਸੀਂ ਰਾਮ ਰਹੀਮ ਦਾ ਜ਼ਿਕਰ ਕੀਤਾ ਰਾਮ ਰਹੀਮ ਅੱਜ ਕੱਲ ਤੁਹਾਨੂੰ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ 1.5 ਮਹੀਨੇ ਦੇ ਵਿੱਚ ਵਿੱਚ ਕਿੰਨੇ ਵਾਰੀ ਜੇਲ੍ਹ ਤੋਂ ਬਾਹਰ ਆ ਗਿਆ ਪਿੱਛੇ ਜੇ ਪੀਜੀਆਈ ਦਾਖਲ ਹੋਇਆ ਕਹਿੰਦਾ ਮੈਂ ਕਰੋਨਾ ਟੈਸਟ ਨਹੀਂ ਕਰਾਉਣਾ ਉੱਥੇ ਫਫੜਿਆਂ ਦੀ ਬਿਮਾਰੀ ਹੋਰ ਬੜਾ ਪਤਾ ਨਹੀਂ ਕੀ ਕੁਛ ਆ ਰਿਹਾ ਹਜੇ ਤੱਕ ਉਹ ਗੱਲ ਨਹੀਂ ਜੀ ਹੁਣ ਕਹਿੰਦੇ ਵਿਦਵਤਾ ਚ ਬੈਠੇ ਵਿ ਮੂੰ ਬੋਲੀਤੀ ਇਹ ਜਿਹੜੀ ਉਹ ਅਟੈਂਡੈਂਟ ਬਣ ਕੇ ਪੁੱਛੀ ਸੀ ਕਾਰਡ ਵੀ ਬਣਾ ਲਿਆ ਸੀ ਸਾਰਾ ਕੁਝ ਹੋ ਗਿਆ ਉਹਦੀਆਂ ਬੜੀਆਂ ਚਰਚਾਵਾਂ ਹੋਈਆਂ ਜੀ ਦੇਖੋ ਤਾਂ ਨੇੜੇ ਵਾਲੀ ਸਾਬ 2 ਮਹੀਨਾ ਦਾ ਤੁਸੀਂ 21 ਤਰੀਕ ਲੰਮੀ ਪਾਤੀ ਇਹ ਤਾਂ ਦਿਨ 26 ਹੋਏ 26 ਦਿਨਾਂ ਚ ਚਾਰ ਵਾਰ ਆ ਗਿਆ ਜੀ ਉਹ ਕਿਉਂਕਿ ਮੈਂ ਉਦੋਂ ਪਹਿਲਾਂ ਵੀ ਗਿਣ ਲਿਆ ਨਾ ਕਿਉਂਕਿ ਮਹੀਨਾ ਤਾਂ ਮੈਂ ਅੰਦਰ ਲਾ ਆਇਆ ਆ ਉਹ ਤੋਂ ਵਾਲਾ ਪਾ ਕੇ 2 ਮਹੀਨਾ ਹੋ ਗਿਆ ਹਾਂ ਮੇਰਾ ਹਾਂ ਜੀ ਹਾ ਉਹ 2 ਮਹੀਨਾ ਹੋ ਗਿਆ 26 ਦਿਨਾਂ ਚ ਚਾਰ ਵਾਰ ਹੀ ਆ ਗਿਆ ਹਾਂ ਪਹਿਲਾਂ ਇਹ ਕਹਿੰਦਾ ਜੀ ਮੈਥਾ ਹੋ ਗਿਆ ਬੁਖਾਰ ਮੈਂ ਤਾਂ ਮੈਂ ਬੇਚੈਨਾਂ ਜੀ ਮੇਰਾ ਤਾਂ ਤਸਰੀਰ ਬੇਚੈਨ ਰਹਿੰਦਾ ਉਹਨੂੰ ਬੇਚੈਨ ਤਾਂ ਹਰ ਇੱਕ ਬੰਦਾ ਹਰ ਇੱਕ ਬੇਚੈਨ ਨਹੀਂ ਅੱਜ ਦੇ ਜਮਾਨੇ 'ਚ ਬੇਚੇ ਨੇ ਤੇ ਇੱਥੇ ਬੇਚੈਨੀ ਦਾ ਕਾਰਨ ਜੇ ਹੋਰ ਆਊਗਾਗਾ ਆਊਗਾ ਉਹ ਅਗਲੀ ਤਰੀਕ ਤੇ ਬੇਚੈਨੀ ਵੀ ਆ ਜਾਂਦੀ ਹੈ ਜਿਹੜੀ ਸੱਚੀ ਮਚੀ ਦੀ ਬੇਚੈਨੀ ਵਾਲੀ ਗੱਲ ਹੁੰਦੀ ਹੈ ਕਹਿੰਦਾ ਮੈਂ ਬੇਚੈਨਾਂ ਜੀ ਨੂੰ ਲੈਦਾ ਪੀਜੀਆਈ ਰੋਤਕ 'ਚ ਮੇਰਾ ਰੋਤਕ ਪੀਜੀਆਈ ਕੱਲਾ ਚੰਡੀਗੜ੍ਹ ਨਹੀਂ ਰੋਤਕ ਰੋਤਕ ਵੀ ਹੈਗਾ ਹਾਂਜੀ ਆ ਪੀਜੀਆਈ ਲੈਦਾ ਤੇ ਉੱਥੇ ਜਿਹੜੇ ਆ ਕੇ ਉਹਨਾਂ ਨੇ ਡਾਕਟਰਾਂ ਨੇ ਦੇਖਿਆ ਜਿਵੇਂ ਆਪਣੇ ਸੰ ਉਹ ਕਹਿੰਦੇ ਜੀ ਨਹੀਂ ਬੁਲਾ ਸਕਦੇ ਜੀ ਤਾਂ ਤੁਹਾਨੂੰ ਲੈ ਕੇ ਆਏ ਮੁੰਡੇ ਨੂੰ ਬੁਲਾ ਲਓ ਜੀ ਮੇਰੇ ਨੂੰ ਕਹਿੰਦੇ ਜੀ ਚੰਗਾ ਫਿਰ ਕਹਿੰਦਾ ਹਣੀਪ੍ਰੀਤ ਨੂੰ ਅਜਰੂਰ ਬੁਲਾ ਦਿਓ ਨਾ ਅੱਛਾ ਉਹ ਕਹਿੰਦੇ ਨਹੀਂ ਯਾਰ ਉਹ ਡਾਕਟਰ ਕਹਿੰਦੇ ਯਾਰ ਚੰਗਾ ਭਲਾ ਕੁਛ ਨਹੀਂ ਹੈ ਉਹ ਲੈ ਜਾਓ ਪੁਲਿਸ ਵਾਲੇ ਵੀ ਕਹਿੰਦੇ ਐਮਐਸ ਆਪਾ ਪਾਓ ਕੋਈ ਨਾ ਕੋਈ ਪੜ ਕੇ ਉਹਨਾਂ ਨੇ ਦੁਬਾਰਾ ਫਿਰ ਪੇ ਕੀਤਾ ਹਮ ਲਓ ਜੀ ਹੁਣ ਕਿਉਂਕਿ ਵੋਟਾਂ ਵਾਲਾ ਬੰਦਾ ਹੈ ਤੇ ਆ ਜਿਹੜੀ ਅਰਦਾਸ ਵਾਲੀ ਆਪਾਂ ਗੱਲ ਕਰਕੇ ਤੇ ਪੰਜਾਬ ਦੇ ਵਿੱਚ 2022 ਆਸ ਤੇ ਵੋਟਾਂ ਚਾਹੀਦੀ ਸੀ ਸਰਕਾਰ ਵੀ ਉਧਰ ਉਹ ਹਾਂ ਉਧਰ ਉਹਨਾਂ ਦੀ ਸਰਕਾਰ ਨੂੰ ਵੋਟਾਂ ਚਾਹੀਦੀਆਂ ਵੋਟਾਂ ਬਣਾਉਂਦੇ ਉਹ ਤੇ ਜੇ ਆਪਾਂ ਦੇਖੀ ਤੇ ਦੋਸ਼ ਕਿੰਨੇ ਭਿਆਨਕ ਹੈ ਜਿਹਨਾਂ ਚ ਦੋ ਦੋਸ਼ਤਾ ਸਾਬਤ ਹੋਈ ਗਈ ਹੂੰ ਹੂੰ ਦੋ ਸਾਧਵੀਆਂ ਨਾਲ ਬਲਾਤਕਾਰ ਕੀਤਾ ਉਹਦੇ ਵਿੱਚ 10 ਸਾਲ 20 ਸਾਲ ਦੀ ਕੈਦ ਹੋਈ ਹੈ ਪੱਤਰਕਾਰ ਸ਼ਤਰਪਤੀ ਦਾ ਕਤਲ ਕੀਤਾ ਉਹਦੇ ਵਿੱਚ ਉਮਰ ਕੈਦ ਹੋਈ ਹੈ ਹੂੰ ਹੂੰ ਅਰਨਜੀਤ ਸਿੰਘ ਦਾ ਜਿਹੜਾ ਹੈਗਾ ਮਰਡਰ ਕੇਸ ਦਾ ਫੈਸਲਾ ਹਾਲੇ ਹੋਣੇ ਸਾਧਵਾਂ ਨੂੰ ਜਿਹੜਾ ਨਪੁੰਸਕ ਬਣਾਇਆ ਉਹ ਫੈਸਲਾ ਹਾਲੇ ਹੋਣੇ ਉਹ ਲੜਕੀਆਂ ਹੈਗੀਆਂ ਜੀ ਉਹ ਅਜੇ ਪੈਂਗੇ ਉਹ ਪੈਂਡਿੰਗ ਪਏ ਹੈ ਪਰ ਹਣੂਰ ਦੇ ਨਾਲ ਜਿਹੜੀ ਇਨੀ ਲਿਹਾਜ ਆ ਉਹ ਲਿਹਾਜ ਵੋਟਾਂ ਕਰਕੇ ਹੀ ਨਾ ਹੋਰ ਤਾਂ ਕੋਈ ਹੈ ਨਹੀਂ। ਕੋਈ ਹੈ ਨਹੀਂ ਹਾਂਜੀ। ਹੋਰ ਕੋਈ ਨਾ ਤਾਂ ਪੱਗ ਬਟਾਈ ਹੈ ਤੇ ਨਾ ਉਹ ਇਕੱਠੇ ਪੜਦੇ ਰਹੇ ਮਨੂਰ ਲਾਲ ਕੱਟਰ ਤੇ ਉਹ ਹਾਂਜੀ ਕੋਈ ਐਸੀ ਵੈਸੀ ਗੱਲ ਹੀ ਹੈ ਨਹੀਂ। ਲਓ ਜੀ ਫਿਰ ਉਹ ਕਹਿੰਦਾ ਜੀ ਮੈਨੂੰ ਨਾ ਚਲੋ ਤੁਸੀਂ ਐ ਕਰੋ ਜੀ। ਮੈਨੂੰ ਲੱਗਦਾ ਵੀ ਮੈਨੂੰ ਕੁਛ ਨਾ ਕੁਛ ਹੈਗਾ ਦਰਦ ਹੁੰਦਾ ਪੇਟ 'ਚ। ਹੂੰ। ਉਹਦੇ ਜੀ ਫੇਰ ਲੈ ਚ ਨੇ। ਹੂੰ। ਉੱਥੇ ਉਹ ਕਹਿੰਦੇ ਜੀ ਕਰੋਨਾ ਟੈਸਟ ਕਰਾਉਣਾ। ਨਾ ਨਾ ਮੈਂ ਨਹੀਂ ਕਰਾਉਣਾ। ਕਰੋਨਾ ਟੈਸਟ ਹੀ ਜੀ ਕਰਾਉਣਾ ਮੈਂ ਕਰੋਨਾ ਨਹੀਂ। ਉੱਥੇ ਉਹਨਾਂ ਨੇ ਫੇਰ ਦੇਖਿਆ ਉਹ ਕਹਿੰਦੇ ਜੀ ਫਿਰ ਜੀ ਉਹਨੇ ਪੈਰੋਲ ਅਪਲਾਈ ਕਰਤੀ ਹੂੰ ਮੇਰੀ ਮਾਂ ਬਿਵਾਹ ਰਹੇ ਪੈਰੋਲ ਕਰਤੀ ਵੀ ਮੈਂ ਆਪਦੀ ਮਾਂ ਦਾਜਰਾ ਹੈਗਾ ਰਾਜ ਕਰੋਨਾ ਜੀ ਮੈਨੂੰ ਮੇਰੀ ਮਾਂ ਨੂੰ ਮਿਲਦਾ ਮੌਕਾ ਦਿਓ ਉਹ ਹੁੰਦੀ ਹੈ ਐਮਰਜੈਂਸੀ ਪੈਰੋਲ ਕਹਿੰਦੇ ਪੈਰੋਲ ਉਹ ਸਵੇਰ ਲਿਆ ਕੇ ਸ਼ਾਮ ਨੂੰ ਲੈ ਆਉਂਦੇ ਨਾ 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 ਐਮਰਜੈਂਸੀ ਛੁੱਟੀ ਤਾਂ 15 ਦਿਨਾਂ ਦੀ ਹੋ ਜਾਂਦੀ ਜੀ 21 ਦਿਨਾਂ ਦੀ ਵੀ ਹੋ ਜਾਂਦੀ ਹੂੰ ਜਿਹੜੀ ਐਮਰਜੈਂਸੀ ਛੁੱਟੀ ਹੁੰਦੀ ਹੈ ਉਹ ਬੰਦਾ ਜਦੋਂ ਆਮ ਤੌਰ ਤੇ ਹੈ ਕਿ ਜਦੋਂ 3-4 ਮਹੀਨੇ ਕੱਟ ਲੈਂਦਾ ਉਸ ਤੋਂ ਬਾਅਦ ਜੇ ਉਹਦੇ ਕਿਸੇ ਸਕੇ ਸੋਧਰੇ ਨੂੰ ਲੋੜ ਪੈ ਜੇ ਹੂੰ ਉਹਦੇ ਵਾਸਤੇ ਪਰ ਕਿਉਂਕਿ ਇੱਥੇ ਮਾਮਲਾ ਇਹ ਹੈ ਕਿ ਪਹਿਲਾਂ ਇਹਨ ਜਿਸ ਕਿਸਮ ਦੇ ਅਰੇਸਟ ਕਰਨ ਵੇਲੇ ਅਰੇਸਟ ਕਰਨ ਵੇਲੇ ਜੋ ਕੁਝ ਹੋਇਆ ਹੈ ਉਹਦੋਂ ਤੋਂ ਅਦਾਲਤਾਂ ਬੜੀਆਂ ਖਫਾ ਹੋਈਆਂ ਵੀ ਨੇ ਹਮ ਹਮ ਹਾਈ ਕੋਰਟ ਦੇ ਵੀ ਧਿਆਨ ਦੇ ਵਿੱਚ ਹੈ ਤੇ ਪੁਲਿਸ ਵੀ ਮਤਲਬ ਲੈਂਦੀ ਹੈ ਹਮ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਪਰ ਨਾਲ ਇੱਕ ਇਹ ਕਿ ਜੇ ਇਹਨੂੰ ਬਾਹਰ ਕੱਢਣਾ ਹੈ ਬਾਈ ਤੱਕ ਹਮ ਤਾਂ ਉਹਦੇ ਲਈ ਪੈਰੋਲ ਜ਼ਰੂਰੀ ਹੈ ਹਮ ਹਮ ਉਹ ਦਿਖਾਉਣਾ ਹੈ ਕਿ ਜੀ ਬੰਦੇ ਦਾ ਚੱਲ ਚੱਲਣਾ ਬੜਾ ਵਧੀਆ ਹੈ ਇਹਨੂੰ ਜਦੋਂ ਅਸੀਂ ਲਿਜਾਣੇ ਹੈ ਤੇ ਨਾਦੀਆਂ ਬਾਕਸ ਉਹਦੇ ਮੁੜਿਆ ਹੁੰਦੇ ਹੈ ਉਹ ਪਰੋਲ ਜਿਹੜੀ ਹੈ ਨਾ 15 ਦਿਨਾਂ ਦੀ بجائے ਜਾਂ 21 ਦਿਨਾਂ ਦੀ بجائے ਇਹਨੂੰ ਮਿਲ ਗਈ 48 ਘੰਟਿਆਂ ਦੀ ਅੱਛਾ ਜੀ 48 ਘੰਟਿਆਂ ਚ ਉਹ ਲੈ ਜਾਏ ਜੀ ਕਹਿੰਦਾ ਜੀ ਮਾਂ ਤਾਂ ਕਹਿੰਦੇ ਮਾਂ ਤਾਂ ਇਹਦੀ ਰੁੱਤ ਆਪਣੇ ਮਦੰਤਾ ਕੀ ਗੁਰਗੁਰ ਗੜਗਾਉਂ ਹੈ ਗੁਰਗਾਉਂ ਆ ਜਾ ਉਹਨੂੰ ਕਹਿ ਦਿੱ ਗਿਆ ਨਾ ਗੁਰੂਗ੍ਰਾਮ ਭਾਜਪੀ ਦੀ ਪਾਸਾ ਚ ਗੁਰੂਗ੍ਰਾਮ ਆਏ ਹਾਂ ਹਾਂ ਉੱਥੇ ਲੈ ਜਾ ਕੇ ਮਾਂ ਨੇ ਕਿਹੜੀ ਗੁਰੂਗ੍ਰਾਮ ਹੁਣ ਸੀਗਾ ਜੀ ਕਿਸੇ ਫਾਰਮ ਹਾਊਸ ਦੇ ਵਿੱਚ ਉਸੇ ਜਾ ਕੇ ਜੋ ਮਿਲ ਕੇ ਫੇਰ ਜਿਹੜੀ ਨਾਲ ਪੁਲਿਸ ਪਾਰਟੀ ਲੈ ਕੇ ਗਈ ਸੀ ਉਹ ਕਹਿੰਦੇ ਮੱਲੇ ਪਾਪਾ ਜੀ ਮੇਲੇ ਚਲੋ ਜੀ ਚੱਲ ਜੀ 48 ਘੰਟੇ ਪੂਰੇ ਨੇ ਟਿੱਕੀ ਛਿਪਣ ਤੋਂ ਪਹਿਲਾਂ ਪਹਿਲਾਂ ਫੇਰ ਲੈ ਕੇ ਜੇਲ੍ਹ ਚ ਪਾੜਤਾ ਹੂੰ ਹੂੰ ਫੇਰ ਦੀ ਪਿਛਲੇ ਦਿਨਾਂ ਦੇ ਵਿੱਚ ਫੇਰ ਉਹਨੇ ਮਤਲਬ ਕਾਫੀ ਕੀਤੀ ਉਹ ਕਹਿੰਦਾ ਜੀ ਢਿੱਡ ਚ ਦਰਦ ਹੋਣ ਲੱਗਿਆ ਹਾਂਜੀ ਦਰਦ ਬੜਾ ਤੇਜ਼ ਆਇਆ ਰਾਤ ਨੂੰ ਜੀ ਡਾਕਟਰਾਂ ਨੇ ਉੱਥੇ ਦੇਖਿਆ ਤੂੰ ਕਿ ਉਹਨਾਂ ਨੇ ਜੋ ਆਕਾ ਦੇ ਕਹਿੰਨ ਉਹ ਸਿਰ ਦੁਖਤ ਇੰਦਾ ਢਿੱਡ ਦੇ ਪੀੜ ਦਾ ਤਾਂ ਕੋਈ ਮੀਟਰ ਹੀ ਹੈ ਨਹੀਂ ਹਾਂਜੀ ਹਾਂਜੀ ਨਾ ਢਿੱਡ ਤੋਂ ਦੁਖਣ ਦਾ ਹੁਣ ਜਿਹੜਾ ਮੀਟਰ ਲੱਗਦਾ ਸੀ ਨਾ ਕਿਉਂਕਿ ਇਧਰ ਜਿਹੜਾ ਹੈਗਾ ਸੀਗਾ ਜਿਹੜੇ ਉਹ 6 ਬੰਦੇ ਗ੍ਰਿਫਤਾਰ ਕਰਨੇ ਹੂੰ ਉਹਨਾਂ ਨੇ ਦੱਸ ਦਿੱਤੀ ਤਿੰਨ ਫਲਾਣੇ ਬੰਦੇ ਪਰ ਮਾਰ ਕਮੇਟੀ ਵਾਲੀ ਗੱਲ ਜਿਹੜੀ ਉਹ ਡੇਰੇ ਵੱਲੋਂ ਤੁਰਦੀ ਹੈ ਤੁਰਦੀ ਹੈ ਅਜੇ ਤਾਂ ਮੋੜਾਂ ਵਾਲੀ ਨਹੀਂ ਤੁਰੀ ਹਾਂ ਮੋੜਾਂ ਵਾਲੀ ਦੇ ਵਿੱਚੋਂ ਉਹ ਤਾਂ ਕਰਤਾ ਮੋੜਾਂ ਵਾਲੀ ਤੁਰਤਾ ਗਈ ਮੋੜਾਂ ਵਾਲੀ ਤਾਈ ਤੇ ਕੋ ਗਾਹ ਤੋਰੀ ਨਹੀਂ ਪਰ ਪੈੜ ਤੋਂ ਹੀ ਪਹੁੰਚ ਗਈ ਹੈ ਕਿ ਉਸੇ ਬਰਖ ਜਿਹੜੀ ਜਿਹੜੀ ਬੰਬਤਮਕ ਜਿਹੜੀ ਕਾਰਚੋਂ ਬਰਤ ਕਾਰ ਤਿਆਰ ਤਾਂ ਉਸੇ ਬਰਖਸ਼ਾਪ ਜੋ ਇਸ ਵਰਕਸ਼ਾਪ ਦਾ ਜਿਹੜਾ ਸਾਰਾ ਕੰਟਰੋਲ ਇਹਨਾਂ ਕੋਲੇ ਸੀ ਉਹ ਫਿਰ ਥੋੜੀ ਜੀ ਬੇਚੈਨੀ ਤਾਂ ਹੋਣ ਲੱਗ ਜਾਂਦੀ ਢਿੱਡ ਮੇਰਾ ਖਿਆਲ ਹੈ ਜਦੋਂ ਬੰਦਾ ਰੋਲੇ ਪੈਂਦੇ ਜਿਵੇਂ ਸਿਆਣੇ ਕਹਿੰਦੇ ਜਦੋਂ ਬੰਦਾ ਜੇਲ੍ਹ ਚ ਹੋਵੇ ਨਾ ਉਹਦਾ ਦੁੱਖ ਤਾਂ ਆਪਾਂ ਮੇ ਸਿਰ ਹੋਵੇ ਤੇ ਲੱਗਦਾ ਢਿੱਡ ਦੁਖਦਾ ਢਿੱਡ ਦੁਖਦਾ ਉਹ ਕਹਿੰਦਾ ਢਿੱਡ ਦੁਖਦਾ ਰਾਤ ਨੂੰ ਡਾਕਟਰਾਂ ਨੇ ਲੱਗਿਆ ਲੁਕਿਆ ਤਰ ਕੇ ਉਹ ਕਹਿੰਦੇ ਯਾਰ ਲੈ ਜੀ ਉਹਨੂੰ ਸੁਧੀਆਂ ਹਾਂ ਲਓ ਜੀ ਜਦੋਂ ਸੁਦੇਹਾ ਲੈ ਕੇ ਆਏ ਤੁਰਾ ਦੇਖਿਆ ਵੀ ਆ ਤਾਂ ਗੜਬੜ ਹੋਈ ਪਈ ਆ ਬਾਬਾ ਲੋਕਾਂ ਨੇ ਵੀ ਐਨੀ ਫੋਰਸ ਲਾਗੀ ਕਿ ਐ ਵੀ ਕੋਈ ਵਦੀਰ ਵਜੂਰ ਆਉਂਦੇ ਕਿ ਤੇ ਵਿੱਚ ਸਾਬਾ ਹੁੰਦੇ ਉਹਨਾਂਗੇ ਤੇ 8 ਵਜੇ ਦਿਨ ਲਾ ਜਾ ਕੇ ਉਹ ਫੇਰ ਮੋੜ ਕੇ ਲੈ ਗਏ ਜੀ ਫੇਰ ਮੋੜ ਕੇ ਲੈ ਗਏ ਤੇ ਵਈ ਹੁਣ ਕਿਵੇਂ ਕਰੀਏ ਹੁਣ ਤਾਂ ਜੀ ਫੇਰ ਅਖੀਰ ਹੀ ਹੋ ਗਿਆ ਕਹਿੰਦਾ ਜੀ ਇੱਥੇ ਤੱਕ ਮੇਰਾ ਲਾਜ ਠੀਕ ਨਹੀਂ ਹੁੰਦਾ ਮੈਨੂੰ ਤਾਂ ਮੈਦਾਨ ਤਾਲੇ ਜਾ ਹਾਂ ਉਹ ਮੈਦਾਨ ਤਾਲੇ ਗਏ ਜੀ ਮੈਦਾਨ ਤਾਲੇ ਜਾ ਕੇ ਉੱਥੇ ਉਹਨਾਂ ਨੇ ਦੋ ਕਿਸਮ ਦੇ ਹੁੰਦੇ ਆ ਇੱਕ ਟੈਸਟ ਇੱਕ ਪਹਿਲਾ ਟੈਸਟ ਹੁੰਦਾ ਹੂੰ ਹੂੰ ਉਪਰੇਟਸ ਦੇ ਵਿੱਚ ਕਹਿੰਦੇ ਪੋਜਿਟਿਵ ਹੋ ਗਿਆ ਪੋਜਿਟਿਵ ਹੋ ਗਿਆ ਪੋਜਿਟਿਵ ਹੋ ਗਿਆ ਹੂੰ ਜੋ ਪੋਜਿਟਿਵ ਹੋ ਗਏ ਤੇ ਨਾਲ ਦੀ ਨਾਲ ਹਨੀਪ੍ਰੀਤ ਵੀ ਪਹੁੰਚ ਗਈ ਹੂੰ ਉਹਨੇ ਜਾ ਕੇ ਦਿੱਤੀ ਆਪ ਦਾ ਭਰਮ ਪਰਤਾ ਹੂੰ ਕਿ ਲੋ ਜੀ ਮੈਂ ਤਾਂ ਇਹਦੀ ਅਟੈਂਡੈਂਟ ਆ ਮੈਂ ਦਾ ਨਹੀਂ ਸਕਦਾ ਹਾਂ ਮੈਂ ਮੈਂ ਤਾਂ ਜੀ ਨਾਲ ਰਹੂੰਗੀ ਇਹਦੀ ਉਹ ਰਹਿ ਨਹੀਂ ਸਕਦੀ ਹਾਂ ਉਹਨਾਂ ਅਟੈਂਡੈਂਟ ਦੀ ਦਿੱਤੀ ਜੀ ਉਹਨਾਂ ਨੂੰ ਪਾਸ ਬਣਾਤਾ ਅੱਛਾ ਵੀ ਤੁਸੀਂ ਆਓ ਜੀ ਆ ਕੇ ਕੋਲੇ ਰਿਹਾ ਕਰੋ ਚਲੋ ਗੱਲ ਕਰਕੇ ਕਿਉਂਕਿ ਡਾਕਟਰ ਤਾਂ ਡਾਕਟਰ ਹੈ ਸਰਕਾਰਾਂ ਦੀ ਮਜਬੂਰੀ ਹੋ ਸਕਦੀ ਹੈ ਡਾਕਟਰਾਂ ਦੀ ਕਿਉਂ ਮਜਬੂਰੀ ਉਹ ਦੋ ਕਿਸਮ ਦੇ ਹੁੰਦੇ ਇੱਕ ਤਾਂ ਪਤਾ ਨਹੀਂ ਕਿਹੜਾ ਕਹਿੰਦੇ ਇੱਕ ਆਰਪੀਟੀਸੀ ਕੋਈ ਇਹੋ ਜਿਹਾ ਟੈਸਟ ਹੁੰਦਾ ਹੈ ਹਾਂ ਹਾਂ ਉਹ ਗੱਲ ਚ ਕਰਦੇ ਆ ਪਹਿਲਾਂ ਗੱਲ ਚ ਵੀ ਪਾਉਂਦੇ ਫਿਰ ਉਹ ਹਾਂ ਉਹ ਕਹਿੰਦੇ ਜੀ ਉਹ ਕਰ ਲਓ ਹੁਣ ਜਦੋਂ ਜੀ ਉਹ ਕਰ ਲੈ ਤੇ ਉਹ ਕਹਿੰਦੇ ਜੀ ਨਹੀਂ ਪੋਜ਼ਿਟਿਵ ਨਹੀਂ ਤਾਂ ਨੈਗੇਟਿਵ ਹੈ ਚ ਗੱਬਲ ਹੈ ਹਾਂ ਹਾਂ ਇਹਨੂੰ ਕੁਝ ਨਹੀਂ ਹੋਇਆ ਉਧਰੋਂ ਮੀਡੀਆ ਚਰਚਾ ਹੋਣੀ ਸ਼ੁਰੂ ਹੋ ਗਈ ਵੀ ਹਣੀਪਰੀ ਤੁਸੀਂ ਕਿਵੇਂ ਆ ਗਈ ਕਿਵੇਂ ਆ ਗਈ ਵੀ ਕੋਈ ਇਹਦੀ ਕੀ ਕੋਈ ਖੂਨੀ ਰਿਸ਼ਤਾ ਤਾਂ ਹੈ ਨਹੀਂ ਹੂੰ ਇਹ ਗੱਲ ਕਿਧਰ ਨੂੰ ਜਾ ਰਹੀ ਹੈ ਉਹ ਕਈਆਂ ਨੇ ਫਿਰ ਸੋਸ਼ਲ ਮੀਡੀਆ ਤੇ ਦੂਜਾ ਕੰਮ ਵੀ ਚੱਲ ਪਿਆ ਹੂੰ ਹੂੰ ਉੱਥੇ ਜਿੰਨੇ ਮੂੰਹ ਉਹਨੀਆਂ ਗੱਲਾਂ ਮਡੀਆਂ ਗੱਲਾਂ ਸੋਸ਼ਲ ਮੀਡੀਆ ਦਾ ਤਾਂ ਪਤਾ ਨਹੀਂ ਕਿਹੜੇ ਮੂੰਹ ਨੂੰ ਬੋਲੀ ਜਾਂਦੇ ਕੋਈ ਕੋਈ ਪਵੰਦੀ ਤਾਂ ਕੋਈ ਹੈ ਹੀ ਨਹੀਂ ਉੱਥੇ ਕੀ ਉਹੜਾ ਕੁਝ ਹੋਣ ਲੱਗ ਗਿਆ ਫਿਰ ਉਹਨਾਂ ਡਾਕਟਰਾਂ ਨੇ ਵੀ ਕਹਿਤਾ ਜੀ ਗੱਲ ਇਹ ਵੀ ਹੁਣ ਇਹਨੇ ਜਨਰਲ ਵਾਰਡ ਤੇ ਜਾਣੇ ਸਾਡਾ ਸਟਾਫ ਹੈਗਾ ਸੰਭਾਲਣਾ ਵਾਸਤੇ ਕੋਈ ਲੋੜ ਨਹੀਂ ਇਹਨੂੰ ਕੋਈ ਉਸ ਬੰਦੇ ਦੀ ਲੋੜ ਨਹੀਂ ਹੂੰ ਆ ਹੁਣ ਪਤਾ ਲੱਗਿਆ ਜੀ ਕਹਿੰਦੇ ਰੱਦ ਕਰਤਾ ਹੁਵਾਂ ਅੱਛਾ ਕੱਟ ਰੱਦ ਕਰ ਕੱਟ ਜਾ ਰੱਦ ਕਰਤਾ ਸੋ ਉਹ ਲਾ ਬੈਸ ਉਹਨ ਲਾਲੇ ਹੈ ਮਤਲਬ ਮੇਰੇ ਖਿਆਲ ਹਬੀ ਜਿਹੜੇ ਘੰਟੇ ਲਾਉਣੇ ਸੀ ਨਾ ਅੱਲਾ ਦੇ ਉਹ ਤਾਂ ਲੱਗੇ ਜਿੰਨੇ ਕ ਲਾਉਣੇ ਸੀ ਉਹਨੇ ਕ ਲੱਗੇ ਹਾਂਜੀ ਚਲੋ ਚਲੋ ਸਿਆਣੇ ਤੁਸੀਂ ਤੇ ਜਿਹੜੀ ਗੱਲ ਹੁਣ ਮੋਦੀ ਸਾਹਿਬ ਨੇ ਕੱਲ ਕਹਿੰਦੇ ਪਹਿਲਾਂ ਤਾਂ ਇੰਨੇ ਡਰਦੇ ਹੀ ਬੜੇ ਅੱਜ ਕੱਲ ਲੋਕ ਵੀ ਪਤਾ ਨਹੀਂ ਮਿੱਤਰੋ ਕਹਿ ਕੇ ਕੀ ਕਰੂਗਾ ਪਰ ਹੁਣ ਕਹਿੰਦੇ ਜੀ ਕੀ ਕਹਿ ਗਿਆ ਕੱਲ ਫਿਰ ਸਾਰਾ ਕੁਝ ਨਹੀਂ ਬੈਸੇ ਤਸੱਲੀ ਜੀ ਹੋ ਗਈ ਸੀ ਕਿ ਕੱਲ ਟਾਈਮ ਬਦਲ ਗਿਆ ਸੀ ਅੱਛਾ 5 ਵਜੇ ਗਿਆ ਸੀ ਹਾਂ ਨਾ ਅੱਗੇ ਟਾਈਮ ਹੁੰਦਾ ਸੀ 8 ਵਜੇ ਅੱਛਾ ਜੀ 8 ਵਜੇ ਤਾਂ ਡਰ ਲੱਗਦਾ ਸੱਚੀ ਮੱਚੀ ਸੱਚੀ ਮੱਚੀ ਅੱਛਾ ਵੀ ਇਹ ਤਾਂ ਕੁਝ ਨਾ ਕੁਝ ਹੋਊਗਾ ਹਾਂ ਹਾਂ ਅੱਜ ਤਾਂ ਕੋਈ ਕੱਲ੍ਹ ਲਾ ਐਲਾਨ ਹੋਊਗਾ ਕਿਉਂਕਿ ਨੋਟਬੰਦੀ ਵੀ 8 ਵਜੇ ਹੋਈ ਸੀ ਹੂੰ ਉਹ ਮੇਰਾ ਖਿਆਲ ਹੈ ਜਿਹੜੀ ਤਾਲਾਬੰਦੀ ਉਹ ਵੀ ਉਦੋਂ ਹੀ ਉਹ 8 ਵਜੇ ਹਾਂ ਬੜਾ ਹਾਂ ਨੋਟਬੰਦੀ ਤਾਲਾਬੰਦੀ ਵਗੈਰਾ ਪਤਾ ਨਹੀਂ ਕੀ ਕੁਝ ਸੀ ਹਾਂ ਇਹ ਕੱਲ ਜਦੋਂ 5:00 ਵਜੇ ਸੀ ਉਸ ਵੀ ਸ਼ਾਇਦ ਕੁਝ ਹੋਣੇ ਹੂੰ 5 ਉਹਨਾਂ ਕੱਲ ਦੇ ਖੁਦਾਨੇ ਵਾਲਿਆ ਸਾਹਿਬ ਜਿਹੜੇ ਐਲਾਨ ਕੀਤੇ ਆ ਤੁਸੀਂ ਪੜੋ ਹੂੰ ਉਹਨਾਂ ਦਾ ਪੈਸ਼ਨ ਸੁਣ ਲੋ ਤੇ ਪੈਸ਼ਨ ਪੜ ਲੋ ਇਹੋ ਲੱਗਦਾ ਵੀ ਇਦੋਂ ਵਧੀਆ ਸੰਤ ਬੰਦਾ ਨਹੀਂ ਕੋਈ ਹੋਣਾ ਅੱਛਾ ਜੀ ਜਿਹੜਾ ਮਤਲਬ ਲੋਕਾਂ ਦੀ ਖਾਤਰ ਨਾ ਇੰਨਾ ਮਤਲਬ ਜਿਹੜਾ ਹੈਗਾ ਤਾਂ ਮਤਲਬ ਵੀ ਇੰਨਾ ਸਮਰਪਤ ਹੈ ਸਮਰਪਤ ਅੱਛਾ ਜੀ ਸਮਰਪਤ ਹੈ ਜੀ ਵੀ ਅਸੀਂ ਤਾਂ ਕਰੋਨਾ ਦਾ ਬੇੜਾ ਆਪਣਾ ਜਿਹੜਾ ਹੈਗਾ ਖਤਮ ਕਰਦਣਾ ਖਤਮ ਕਰਦਣਾ ਤੇ ਉਹਨਾਂ ਨੇ ਕਹਿੰਦਾ ਲਓ ਜੀ ਇੱਕ ਤਾਂ ਕਹਿੰਦੇ ਜੀ ਅਸੀਂ ਜਿੰਨੇ ਲੋਕ ਐ 18 ਤੋਂ ਲੈ ਕੇ 44 ਸਾਲ ਵਾਲੇ ਸਭ ਨੂੰ ਜੀ ਸਾਰਿਆਂ ਨੂੰ ਕਹਿੰਦੇ ਜੀ ਦਸੰਬਰ ਮਹੀਨੇ ਤੱਕ ਅਸੀਂ ਨਾ ਸੌ ਕਰੋੜ ਬੰਦੇ ਨੂੰ ਐਤ ਕੀ ਟੀਕੇ ਲਾ ਦੇਗੇ ਅੱਛਾ ਜੀ ਤੇ ਐਤ ਕੀ ਕਹਿੰਦੇ ਜੀ ਇਹ ਦਵਾਈ ਜਿਹੜੀ ਹੈ ਨਾ ਇਹ ਸਟੇਟਾਂ ਨੂੰ ਨਹੀਂ ਖਰੀਦਣੀ ਪੈਣੀ ਹਾਂਜੀ ਇਹ ਅਸੀਂ ਖਰੀਦਾਂਗੇ ਦਵਾਈ ਤੇ ਅਸੀਂ ਸਟੇਟਾਂ ਨੂੰ ਦੇ ਦੇ ਅਸੀਂ ਪੈਸੇ ਦੇ ਹਾਂਜੀ ਤੇ ਫਿਰ ਜਿਹਨੂੰ ਆਪਾਂ ਪੰਜਾਬੀ ਚ ਮੈਂ ਤਾਂ ਇਹਨੂੰ ਕਹੂੰਗਾ ਲਚਪਣਾ ਹੂੰ ਹੂੰ ਲਚਪਣਾ ਕੀ ਕੀਤਾ ਅਸਲ ਦੇ ਵਿੱਚ ਜੀ ਅਸੀਂ ਤਾਂ ਪਹਿਲਾਂ ਵੀ ਚਾਹੁੰਦੇ ਸੀ ਵੀ ਅਸੀਂ ਕਰਦੀ ਤੇ ਰਾਜਾ ਨੇ ਕਿਹਾ ਨਹੀਂ ਜੀ ਹੂੰ ਇਹ ਜਿਹੜਾ ਹੈਲਥ ਹੈ ਨਾ ਜੀ ਇਹ ਤਾਂ ਰਾਜਾਂ ਦਾ ਅਧਿਕਾਰ ਚਾਉਂਦਾ ਹੈ ਹੂੰ ਹੂੰ ਇਹ ਤਾਂ ਸਟੇਟ ਸਬਜੈਕਟ ਚਾਉਂਦਾ ਹੈ ਜੀ ਇਸ ਕਰਕੇ ਦਵਾਈ ਦਾ ਦਾ ਪ੍ਰਬੰਧ ਜੀ ਅਸੀਂ ਕਰਾਂਗੇ ਹੂੰ ਹੂੰ ਤੇ ਦਵਾਈ ਖਰੀਦਣ ਦੀ ਸਾਨੂੰ ਇਜਾਜ਼ਤ ਤੇ ਉਹ ਕਹਿੰਦੇ ਜੀ ਅਸੀਂ ਦੇ ਦਿੱਤੀ ਜੀ ਦਾਨੇ ਵਾਲਿਆ ਸਾਹਿਬ ਇੱਕ ਸਟੇਟ ਹੈ ਜਿਹਨੂੰ ਮਹਾਰਾਸ਼ਟਰ ਕਹਿੰਦੇ ਹੂੰ ਹੂੰ ਮਹਾਰਾਸ਼ਟਰ ਵਾਲੇ ਕਹਿੰਦੇ ਜੀ ਤੁਸੀਂ ਤੁਹਾਨੂੰ ਦਵਾਈ ਨਹੀਂ ਦੇਣੀ ਤਾਂ ਸਾਨੂੰ ਇਜਾਜ਼ਤ ਦਿੱਤੀ ਜਦੋਂ ਅਸੀਂ ਬਾਹਰੋਂ ਖਰੀਦ ਲਈ ਬਾਹਰੋਂ ਖਰੀਦ ਲਈ ਹਾਂ ਕਹਿੰਦੇ ਖਰੀਦ ਲਓ ਉਹਨਾਂ ਕੱਲੀ ਮਹਾਰਾਸ਼ਟਰ ਵਾਲਿਆਂ ਨੇ ਤਾਂ ਅੱਕਿਆ ਨਹੀਂ ਕਹੇ ਸੀ ਕਿ ਤੁਸੀਂ ਜੇ ਨਹੀਂ ਦਿੰਦੇ ਤਾਂ ਅਸੀਂ ਬਾਹਰੋਂ ਖਰੀਦ ਲਈ ਤੇ ਉਹ ਕਹਿੰਦੇ ਜੀ ਰਾਜਾ ਨੇ ਮੰਗੀ ਸੀ ਹੂੰ ਲੱਖਾਂ ਦੀ ਤਦਾਦ ਦੇ ਵਿੱਚ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੂੰ ਹੂੰ ਉਹ ਕਿਸਾਨ ਕਹਿੰਦੇ ਆ ਸਾਨੂੰ ਨੂੰ ਇਹ ਕਾਨੂੰਨ ਚਾਹੀਦੇ ਹੂੰ ਰਾਜ ਸਰਕਾਰਾਂ ਕਹਿੰਦੀਆਂ ਸਾਨੂੰ ਨਹੀਂ ਕਾਨੂੰਨ ਚਾਹੀਦੇ ਹੂੰ ਵੀ ਤੁਸੀਂ ਆਹ ਗੱਲ ਕਿਉਂ ਨਹੀਂ ਮੰਨਦੇ ਇਹ ਸਟੇਟ ਸਬਜੈਕਟ ਹੈ ਰਾਜ ਕਹਿੰਦੇ ਸਾਡਾ ਸਟੇਟ ਹੈ ਤੁਸੀਂ ਕਾਨੂੰਨ ਕਿਉਂ ਬਣਾਇਆ ਨਹੀਂ ਉਸ ਦਾ ਬਣਾਇਆ ਨਹੀਂ ਹੂੰ ਹੂੰ ਆਹ ਹੁਣ ਜੇ ਇੱਕ ਮਹਾਰਾਸ਼ਟਰ ਨੇ ਕਹਿਤਾ ਤੁਸੀਂ ਕਹਿੰਦਾ ਜੀ ਆਹ ਗੱਲ ਹੈ ਫਿਰ ਨਾਲ ਦੀ ਨਾਲ ਜੀ ਹੋਰ ਗੱਲਾਂ ਦੇਖੋ ਗੁਨਾਹਗਰ ਕੌਣ ਹੈ ਹੂੰ ਜੇ ਇਸ ਦੇਸ਼ ਦੇ ਵਿੱਚ ਕਰੋਨਿਆਂ ਦੀ ਐਡੀ ਮਹਾਮਾਰੀ ਬਣੀ ਪਈ ਹੈ ਸਰਕਾਰ ਕਹਿੰਦੀ ਹੈ 3 ਲੱਖ ਤੇ 15 14 ਹਜ਼ਾਰ ਬੰਦਾ ਮਰ ਗਿਆ ਹੂੰ ਹੂੰ ਇਹ ਕਹਿੰਦੇ 3 ਲੱਖ ਤੋਂ ਉੱਪਰ ਬੰਦੇ ਮਰ ਗਏ ਇਹ ਅੰਕੜਾ ਥੋੜਾ ਜਿਹਾ ਬਹੁਤ ਹਾਂਜੀ ਬਹੁਤ ਹੈ ਫਿਰ ਵੀ ਬਹੁਤ ਹੈ ਬਹੁਤ ਵੱਡਾ ਹੈ ਪਰ ਅਮਰੀਕਾ ਦਾ ਇੱਕ ਇੱਕ ਵਾਰਾ ਨਿਊਜ਼ ਆਰਕ ਟਾਈਮਸ ਹਮ ਨਿਊਜ਼ ਆਰਕ ਟਾਈਮਸ ਨੇ ਕਈ ਯੂਨੀਵਰਸਿਟੀਆਂ ਦੀ ਸਟੱਡੀ ਦੇ ਆਧਾਰ ਦੇ ਉੱਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜੀ ਉਹ ਕਹਿੰਦੇ ਜੀ 42 ਲੱਖ ਬੰਦਾ ਮਰ ਚੁੱਕਾ ਹੈ ਮਰ ਗਏ ਹੋਣਾ ਜੀ 42 ਲੱਖ ਮਰ ਗਏ ਹੋਣਾ ਤੇ ਬਹੁਤ ਸਾਰੇ ਲੋਕ ਉਹ ਹੈ ਜਿਹੜੇ ਰਜਿਸਟਰਡ ਹੀ ਹੈ ਰਜਿਸਟਰਡ ਹੀ ਨਹੀਂ ਆਪਣੇ ਇੱਥੇ ਤਾਂ ਕਈਆਂ ਨੂੰ ਹਾਰਟ ਐਟੈਕ ਹੀ ਲਿਖੀ ਗਏ ਨੇ ਬੜਾ ਕੁਝ ਹੋਇਆ ਨਾ ਲਿਖਿਆ ਹੀ ਨਹੀਂ ਹੈ ਜਿਹੜੇ ਪਿੰਡਾਂ ਦੇ ਵਿੱਚ ਮਰਦੇ ਵਿਚਾਰੇ ਉਹਨਾਂ ਨੂੰ ਲਿਖਿਆ ਹੀ ਨਹੀਂ ਹਾਂ ਉਹ ਗਿਣਤੀ ਨਹੀਂ ਲਿਖਦੇ ਨਹੀਂ ਉਹਦਾ ਚੱਕੇ ਤਫੂਦ ਪਿੰਡਾਂ ਦੇ ਲੋਕ ਤਾਂ ਵਿਚਾਰੇ ਸੜਕਾਂ ਤੇ ਰੁਲ ਕੇ ਸੜਕਾਂ ਤੇ ਰੁਲ ਕੇ ਕਿਵੇਂ ਗੰਗਾ ਦੇ ਵਿੱਚ ਬਹਾਈ ਗਏ ਆ ਕਿਵੇਂ ਜਿਹੜੇ ਦਫਨਾਏ ਗਏ ਆ ਸਾਰੀਆਂ ਗੱਲਾਂ ਇਹ ਨਹੀਂ ਦੇਖਣ ਵਾਲੀ ਗੱਲ ਉਹ ਕਹਿੰਦਾ ਜੀ 42 ਲੱਖ ਉਹਨੂੰ ਦਾਨੇ ਲਈ ਜਿਹੜਾ ਐਟਾ ਵਟਾ ਅਪਰਾਧ ਕੀਤਾ ਗੁਨਾਹ ਕੀਤਾ ਇਹਦਾ ਗੁਨਾਹਗਰ ਕੌਣ ਜੇ ਮੇਰੀ ਜਾਚੇ ਤੁਸੀਂ ਪੁੱਛੋ ਤਾਂ ਮੈਂ ਸਮਝਦਾ ਕਿ ਇਹਦਾ ਸਭ ਤੋਂ ਵੱਡਾ ਗੁਨਾਹਗਾਰ ਦੇਸ਼ ਦਾ ਪ੍ਰਧਾਨ ਸੇਵਕ ਨਰਿੰਦਰ ਮੋਦੀ ਨਰਿੰਦਰ ਮੋਦੀ ਹੈ ਕਿਉਂ ਕਿ ਜਦੋਂ WHO ਨੇ ਵਾਰਨਿੰਗ ਦਿੱਤੀ ਸੀ ਸੈਕੰਡ ਵੇਵ ਆਉਣ ਵਾਲੀ ਹੈ ਪ੍ਰਬੰਧ ਕਰ ਲਓ ਕਿਉਂ ਨਹੀਂ ਕੀਤੀ ਸੇਵਾਦਾਰ ਦੀ ਜ਼ਿੰਮੇਵਾਰੀ ਹੈ ਜੀ ਜੀ ਉਹਨੇ ਪ੍ਰਬੰਧ ਕਰਨ ਉਹ ਨਹੀਂ ਕੀਤੀ ਅਗਲੀ ਗੱਲ ਹੂੰ ਹੂੰ ਜਦੋਂ ਪ੍ਰਬੰਧ ਕਰਨ ਦਾ ਮੌਕਾ ਸੀ ਉਦੋਂ ਸੇਵਾਦਾਰ ਜੀ ਕੀ ਕਰਦੇ ਸੀ ਉਦੋਂ ਜਿਹੜੇ ਹੈਗੇ ਪ੍ਰਧਾਨ ਸੇਵਕ ਜੀ ਕਹਿੰਦੇ ਰੈਲੀਆਂ ਕਰ ਰੈਲੀਆਂ ਕਰਦੇ ਸੀ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਕਰ ਲਏ ਰੈਲੀਆਂ ਕੀਤੀਆਂ 마ਸਕ ਲਾਤੇ ਕਿਸੇ ਨੇ ਕੋਈ 2 ਗੱਜ ਦੀ ਦੂਰੀ ਦਾ ਫਰਕ ਨਹੀਂ ਰੱਖਿਆ ਦਵਾਈ ਕੀ ਬਜਾਏ ਕੜਾਈ ਦਾ ਕੋਈ ਫਰਕ ਨਹੀਂ ਰੱਖਿਆ ਸਾਰਾ ਕੁਝ ਕਰ ਕਰਾ ਕੇ ਜਦੋਂ ਐਂ ਬਤਲੂ ਜਿਹੜੀ ਹੈਗੀ ਕਰੋਨੀ ਕਰੂਨਾ ਹੋ ਗਿਆ ਸਾਰੇ ਪਾਸੇ ਤੇ ਉਦੋਂ ਕਹਿੰਦੇ ਜੀ ਸਾਡੇ ਕੋਲ ਤਾਂ ਹੈ ਨਹੀਂ ਜੀ ਤੁਸੀਂ ਆਪ ਦੀ ਦਵਾਈ ਆਪ ਹੀ ਮੰਗਾ ਲਓ ਹੂੰ ਦਵਾਈ ਮੰਗਵਾਉਣ ਵਾਸਤੇ ਸਾਰੀਆਂ ਸਟੇਟਾਂ ਨੇ ਕਿਹਾ ਵੀ ਲਿਆਓ ਜੀ ਸਾਨੂੰ ਪੈਸੇ ਦਿਓ ਪੈਸੇ ਨਹੀਂ ਦਿਓ ਉਹਨਾਂ ਨੇ ਆਰਡਰ ਦੇਤੀ ਟੈਂਡਰ ਜਾਰੀ ਕਰਤੀ ਟੈਂਡਰ ਮੰਗ ਲੈ ਵੀ ਲਿਆਓ ਜੀ ਦਿਓ ਕਿਸੇ ਕੰਪਨੀ ਨੇ ਆ ਹਾਮੀ ਨਹੀਂ ਪਰੀ ਉਹ ਕਹਿੰਦੇ ਭਾਰਤ ਸਰਕਾਰ ਨੂੰ ਦੇਵਾਂਗੇ ਤੁਹਾਡੇ ਨਾਲ ਨਹੀਂ ਅਸੀਂ ਕਰਦੇ ਸਟੇਟਾਂ ਨਾਲ ਹੂੰ ਹੂੰ ਫਿਰ ਤੁਹਾਡੇ ਯਾਦ ਹੋਣਾ ਇੱਕ ਚਿੱਠੀ ਲਿਖੀ ਡਾਕਟਰ ਮਨਮੋਨ ਸਿੰਘ ਨੇ ਹੂੰ ਡਾਕਟਰ ਮਨਮੋਨ ਸਿੰਘ ਬਜ਼ੁਰਗ ਜ਼ਰੂਰ ਹੈ ਲੇਕਿਨ ਸੰਸਾਰ ਪ੍ਰਸਿੱਧ ਸੰਸਾਰ ਪ੍ਰਸਿੱਧ ਸ਼ਖੀयत ਹੈ ਜੀ ਜੀ ਉਹਨਾਂ ਨੇ ਇੱਕ ਚਿੱਠੀ ਲਿਖੀ ਕਿ ਪ੍ਰਧਾਨ ਮੰਤਰੀ ਜੀ ਦੇਸ਼ ਦੇ ਲੋਕਾਂ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਰਪਾ ਕਰਕੇ ਤੁਸੀਂ ਦਵਾਈ ਦਾ ਪ੍ਰਬੰਧ ਆਪਣੇ ਪੱਧਰ ਤੇ ਕਰੋ ਔਰ ਸਟੇਟਾਂ ਨੂੰ ਸਟੇਟਾਂ ਨੂੰ ਦਿਓ ਔਰ ਉਹਨਾਂ ਦੀ ਖਿੱਲੀ ੜਾਈ ਗਈ ਮਜ਼ਾਕ ਢਾਇਆ ਗਿਆ ਹਮਮ ਜਿਸ ਬੰਦੇ ਦੀ ਸਾਰੀ ਦੁਨੀਆ ਦੇ ਵਿੱਚ ਲੋਕ ਇੱਜ਼ਤ ਕਰਦੇ ਸਤਿਕਾਰ ਕਰਦੇ ਤੇ ਮਜ਼ਾਕ ਢਾਇਆ ਕਿ ਨਹੀਂ ਡਾਕਟਰ ਹਰਸ਼ਵਰਧਨ ਨੇ ਜਿਹੜਾ ਹੈਲਥ ਡਿਪਾਰਟਮੈਂਟ ਦਾ ਮਨਿਸਟਰ ਹੈ ਤੇ ਆਪ ਡਾਕਟਰ ਹੈ ਹਮਮ ਤੇ ਹੁਣ ਬੋਤੀ ਮੁੜਕੜ ਕੇ ਆ ਗਈ ਉਸੇ ਬੋਰਡ ਦੇ ਥਲੀ ਜੋ ਕੁਝ ਮਨਮੋਹਨ ਸਿੰਘ ਨੇ ਕਿਹਾ ਸੀ ਉਹਨੂੰ ਉਹ ਹੀ ਕਰਨਾ ਪੈ ਗਿਆ ਅਰ 15 ਮਈ ਨੂੰ ਸਭ ਤੋਂ ਪਹਿਲੀ ਜਿਹੜੀ ਚਿੱਠੀ ਲਿਖੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਤੁਹਾਨੂੰ ਕਰਨਾ ਪੈਣਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਜੀ ਲਿਖੀ ਸੀ ਉਸ ਤੋਂ ਬਾਅਦ ਉਧ ਬਠਾਕਰੇ ਨੇ ਲਿਖੀ ਜਿਹੜੇ ਤੁਹਾਡੇ ਮਹਾਰਾਸ਼ਟਰ ਵਾਲੇ ਹੈ ਉਸ ਤੋਂ ਬਾਅਦ ਫਿਰ ਤੁਹਾਡੇ ਜਿਹੜੇ ਇੱਕ ਮਿਸ ਹੈਗੇ ਤੁਹਾਡੇ ਉੜੀਸਾ ਵਾਲੇ ਉਹਨਾਂ ਨੇ ਲਿਖੀ ਝਾਰਖੰਡ ਵਾਲੇ ਲਿਖੀ ਫਿਰ ਤਾਂ ਕਿਹੜੇ ਭਾਰਤੀ ਜਨਤਾ ਪਾਰਟੀ ਦੀਆਂ ਆਵੀਆਂ ਸਟੇਟਾਂ ਵਾਲੇ ਨੇ ਵੀ ਕਹਿੰਦੀ ਸਾਡੇ ਹੱਥ ਖੜੇ ਹੈ ਪਰ ਇਹਦੇ ਸਾਰੇ ਮਾਮਲੇ ਚ ਹਮ ਅਸਲ ਕਹਾਣੀ ਕੀ ਹੈ ਸਲਾਮਾ ਹੁਣ ਸਾਡੀ ਜੁਡੀਸ਼ਰੀ ਨੂੰ ਹਮ ਹਮ ਪਿਛਲੇ 2014 ਤੋਂ ਲੈ ਕੇ ਸਾਡੀ ਜੁਡੀਸ਼ਰੀ ਦੀ ਜਿਹੜੀ ਸਥਿਤੀ ਸੀ ਬੜੀ ਬੇहद ਕਮਜ਼ੋਰ ਪਈ ਸੀ ਆਪਾਂ ਵੀ ਇਸ ਗੱਲ ਦੇ ਉੱਤੇ ਫਿਕਰਮੰਦ ਹੁੰਦੇ ਸੀ ਸੈਕਰੀਟੀਸਾਈਜ਼ ਵੀ ਕਰਦੇ ਹੁੰਦੇ ਸੀ ਕਿ ਗੱਲ ਗਲਤ ਹੋ ਰਹੀ ਹੈ ਲੇਕਿਨ ਜਦੋਂ ਹੁੰਦੇ ਹੁਣ ਚੀਫ ਜਸਟਿਸ ਸਰਮੰਨਾ ਸਾਹਿਬ ਆਏ ਜੀ ਜੁਡੀਸ਼ਰੀ ਦਾ ਨਜ਼ਰੀਆ ਵੀ ਬਦਲਿਆ ਹੋਇਆ ਹਮ ਹਮ ਤੇ ਹੁਣ ਜਿਹੜਾ ਜੁਡੀ ਤਿੰਨ ਮੈਂਬਰੀ ਬੈਂਚ ਹੈ ਜਸਟਿਸ ਡੀ ਬਾਈ ਚੰਦਰਾ ਚੂੜੀ ਅਗਵਾਈ ਵਾਲਾ ਜੀ ਉਹਨਾਂ ਨੇ ਸੂ ਮੋਟਰ ਦਾ ਲੇ ਅਸੀਂ ਨੋਟਿਸ ਹੂੰ ਜਿਹੜੀ ਪੀਆਲ ਸੀ ਤੇ ਉਸ ਪੀਆਲ ਦੇ ਵਿੱਚ ਇਹ ਉਹਨਾਂ ਨੇ ਜਵਾਬ ਮੰਗਿਆ ਹੂੰ ਹੂੰ ਇਹਨਾਂ ਨੇ ਜਵਾਬ ਜਿਹੜਾ ਦਿੱਤਾ ਉਹ ਜਵਾਬ ਦਿੱਤਾ ਚੱਲਦਾ ਜਾ ਹੂੰ ਹੂੰ ਸੋਲਿਸਟਰ ਜਨਰਲ ਮਿਸਟਰ ਤੁਸ਼ਾਰ ਮੈਤਾ ਸਾਹਿਬ ਆ ਗਏ ਉਹ ਆ ਕੇ ਗਾਈਡ ਕਰਨ ਲੱਗੇ ਹੂੰ ਤੁਸੀਂ ਨਹੀਂ ਜੀ ਇਹ ਕਰ ਸਕਦੇ ਗਲਤ ਕਰ ਰਹੇ ਹੋ ਜੇ ਜੁਡੀਸ਼ਰੀ ਕਹੂਗੀ ਤਾਂ ਫਿਰ ਤੂੰ ਗਲਤ ਭੇਜੂਗੀ ਹੂੰ ਜੇ ਐਸਾ ਕਰੂਗੀ ਤਾਂ ਜੁਡੀਸ਼ਰੀ ਐਂ ਕਰੂਗੀ ਤਾਂ ਪਲੰਨਾ ਕਰ ਜਿਵੇਂ ਕਹੋ ਡਿਕਟੇਟ ਕਰੇ ਡਿਕਟੇਟ ਕਰਨ ਲੱਗੇ ਮਤਲਬ ਉਹ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਕਸੀਜਨ ਦੇ ਮਾਮਲੇ ਤੇ ਇੱਕ ਇਹੋ ਹੀ ਕੁਝ ਉਦੋਂ ਵੀ ਇਹਨਾਂ ਦਾ ਨਜ਼ਰ ਗਿਆ ਹੀ ਸੀ ਹੂੰ ਉਹਨੇ ਨੇ ਆਪਣੇ ਪੱਧਰ ਤੇ ਟਾਸਕ ਫੋਰਸ ਬਣਾਤੀ ਸੀ ਤੇ ਇੱਥੇ ਵੀ ਕਹਤਾ ਸੀ ਸੁਪਰੀਮ ਕੋਰਟ ਨੇ ਜੀ ਕਿ ਫਿਰ ਸਾਨੂੰ ਆਪਣੇ ਪੱਧਰ ਤੇ ਕੁਝ ਕਰਨਾ ਪੈਣਾ ਜੇ ਤੁਸੀਂ ਨਾ ਕਰੋਗੇ ਤੇ ਸੁਪਰੀਮ ਕੋਰਟ ਨੇ ਫਿਰ ਕੁਝ ਸਵਾਲ ਖੜੇ ਕਰਤੇ ਜੀ ਉਹ ਕਹਿੰਦੇ ਗੱਲ ਐ ਨਹੀਂ ਬੈਣੀ ਇਹਨਾਂ ਸਵਾਲਾਂ ਦਾ ਜਵਾਬ ਦਿਓ ਹੂੰ ਹੂੰ ਔਰ ਸਵਾਲਾਂ ਦਾ ਜਵਾਬ ਮੰਗਿਆ ਕਿਤੋਂ ਤੱਕ ਉਹ ਮੰਗਿਆ ਜੀ 30 ਮਈ ਤੱਕ ਲੋ ਜੀ ਹੁਣ ਸਵਾਲ ਪੁੱਛ ਲੋ ਕੀ ਹੈ 30 ਮਈ ਤਨਾਂਗੀ ਆਹ 30 ਜੂਨ ਸੌਰੀ ਜੀ ਹਾਂ ਉਹਨਾਂ ਨੇ ਸਵਾਲ ਕਿ ਪਿੱਛੇ ਵੱਲੇ ਸ਼੍ਰੀਮਾਨ ਜੀ ਇਹ ਦੱਸੋ ਕਿ ਬਜਟ ਦੇ ਵਿੱਚ ਜਿਹੜਾ 35000 ਕਰੋੜ ਰੁਪਿਆ ਕਰੋਨਾ ਵਾਸਤੇ ਰੱਖਿਆ ਸੀ ਹੂੰ ਹੂੰ ਉਹਦਾ ਹਿਸਾਬ ਦੇ ਉਹ ਕਿੱਥੇ ਤੇ ਕਿਵੇਂ ਲੱਗੇ ਜੀ ਕਿਹੜੀ ਦਵਾਈ ਤੇ ਲੱਗੇ 35000 ਕਰੋੜ ਰੁਪਿਆ ਬਜਟ ਦੇ ਵਿੱਚ ਰੱਖਿਆ ਸੀ ਹੂੰ ਹੂੰ ਫਿਰ ਕਹਿੰਦੇ ਵੀ ਕੇਂਦਰ ਤੇ ਰਾਜ ਸਰਕਾਰਾਂ ਲਈ ਜਿਹੜੀ ਤੁਹਾਡੀ ਕੋਵਾ ਸ਼ੀਲਡ ਹੈ ਜੀ ਤੇ ਕੋਵੈਕਸਿਨ ਹੈ ਇਹਨੇ ਅਲੱਗ ਅਲੱਗ ਕੀਮਤਾਂ ਕਿਉਂ ਰੱਖੀਆਂ ਹੂੰ ਹੂੰ ਕੇਂਦਰ ਨੂੰ ਵੀ ਜਿਹੜੀ ਦਵਾਈ ਦਿੱਤੀ ਜਾਂਦੀ ਹੈ 150 ਰੁਪਏ ਦੀ ਮੇਰਾ ਖਿਆਲ ਹੋ ਦਿੰਦੀ ਹੈ ਹੂੰ ਹੂੰ ਉਹਦੇ ਵਿੱਚ ਵੀ ਉਹਨਾਂ ਨੂੰ ਮੁਨਾਫਾ ਹੁੰਦਾ ਹੈ ਤੇ ਫਿਰ ਕਹਿੰਦੇ ਜਿਹੜੀਆਂ ਰਾਜ ਸਰਕਾਰਾਂ ਨੂੰ 450 ਨੂੰ ਜੋ ਜੋ ਵੀ ਹੈ ਉਹ 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 ਵਾਧੂ ਕਿਉਂ ਦਿੱਤੀ ਗਈ ਤੀਜੀ ਫਿਰ ਇਹ ਕਹਿੰਦੇ ਆ ਕਹਿੰਦੇ ਕੇਂਦਰ ਸਰਕਾਰ ਖੁਦ ਖਰੀਦ ਕੇ ਹੂੰ ਹੂੰ ਆ ਰਾਜਾਂ ਨੂੰ ਇਹ ਜਿਹੜੀ ਦਵਾਈ ਜਿਹੜੀ ਹੈ ਵੈਕਸੀਨ ਆ ਸਪਲਾਈ ਕਿਉਂ ਨਹੀਂ ਕਰਦੀ ਇਹਦਾ ਜਵਾਬ ਦਿਓ ਹੂੰ ਹੂੰ ਅਗਲੀ ਗੱਲ ਜਿਹੜੀ ਹੈ ਬੜੀ ਉਹਨਾਂ ਨੇ ਭਿਆਨ ਕੀਤੀ ਹੈ ਜੀ ਉਹ ਕਹਿੰਦੇ ਵੀ ਇਹ ਦੱਸੋ ਕਿ 18 ਤੋਂ ਲੈ ਕੇ 44 ਸਾਲ ਦੀ ਏਜ ਗਰੁੱਪ ਦਾ ਜਿਹੜਾ ਮੁਫਤ ਟੀਕਾ ਕਰਨ ਕਿਉਂ ਨਹੀਂ ਜੀ ਕੀ ਉਹ ਇਸ ਤੇ ਸਿ નાਗਰਿਕ ਨਹੀਂ ਹੂੰ ਹੂੰ ਅਰਧਿਆਜਪ ਦੇਖੀ ਅੱਜ ਭਾਰਤ ਦੇ ਵਿੱਚ ਸਭ ਤੋਂ ਵੱਧ ਜਿਹੜੀ ਗਿਣਤੀ ਹੈ ਜੀ ਉਹ 18 ਤੋਂ ਲੈ ਕੇ 45 ਸਾਲ ਵਾਲਿਆਂ ਦੀ ਹੈ ਹੂੰ ਹੂੰ ਕਿਉਂਕਿ ਭਾਰਤ ਨੂੰ ਯੰਗ ਇੰਡੀਆ ਕਹਿੰਦੇ ਜੀ ਜੀ ਨੌਜਵਾਨਾ ਦੀ ਹੈ 45 50 ਸਾਲ ਵਾਲਿਆਂ ਨੂੰ ਆਪਾਂ ਬੁੱਢੇ ਅੰਚ ਨਹੀਂ ਗਿਣ ਸਕਦੇ ਬੁੱਢੇ 50 ਤੋਂ ਉੱਪਰ ਸ਼ੁਰੂ ਹੁੰਦੇ ਸਿਨੀਅਰ ਸਿਟੀਜ਼ਨ ਮੇਰਾ ਖਿਆਲ ਹੈ 60 ਸਾਲ ਤੋਂ ਹੁੰਦਾ ਹੈ ਬਿਲਕੁਲ ਉਹ ਤੋਂ ਪਹਿਲਾਂ ਜਿਹੜੇ ਹੈਗੇ ਆ ਇਹਨੂੰ ਅਸੀਂ ਮਤਲਬ ਯੰਗ ਕਹਾਂਗੇ ਯੂਥ ਕਹਾਂਗੇ ਜਵਾਨ ਕਹਾਂਗੇ ਉਹ ਕਹਿੰਦੇ ਇਹਨਾਂ ਨਾਲੇ ਬਿਸਕਰੇ ਬਾਜੀ ਕਿਉਂ ਵੀ 45 ਸਾਲ ਤੋਂ ਉੱਪਰ ਵਾਲਿਆਂ ਨੂੰ ਤਾਂ ਅਸੀਂ ਲਾਵਾਂਗੇ ਮੁਫਤ ਇੱਤੇ ਜੀ ਲਾਉਂਦੇ ਨਹੀਂ ਇਹ ਵੀ ਕਰਵਾ ਜੀ ਕਿਉਂ ਲਿਓ ਜੀ ਦਾ ਹਸਾਬ ਕਿਤਾਬ ਦੇ ਕਾਨੂੰਨ ਦੇ ਆਧਾਰ ਤੇ ਅਸੀਂ ਗੱਲ ਕਰਾਂਗੇ ਤੇ ਅਗਲੀ ਗੱਲ ਕਹਿੰਦੇ ਜੀ ਇੱਕ ਜਿਹੜੀ ਹੋਰ ਇਹਨਾਂ ਨੇ ਗੱਲ ਕੀਤੀ ਸੀ ਹੂੰ ਹੂੰ ਇਹ ਸਾਰੀਆਂ ਗੱਲਾਂ ਕਰਕੇ 30 ਤਾਰੀਖ ਨੂੰ ਜਵਾਬ ਦੇਣਾ ਸੀ ਜੀ ਤੇ ਉਹਦੇ ਚ ਜੀ ਹੁਣ 30 ਤਾਰੀਖ ਨੂੰ ਸਰਕਾਰ ਨੂੰ ਜਵਾਬ ਦੇਣਾ ਹੈ ਸਰਕਾਰ ਨੇ ਜਵਾਬ ਦੇਣਾ ਹੈ ਸੁਪਰੀਮ ਕੋਰਟ ਨੂੰ ਤੇ ਕੱਲ ਫਿਰ ਆਗੇ ਪ੍ਰਧਾਨ ਸੇਵਕ ਜੀ ਜੀ ਤੇ ਪ੍ਰਧਾਨ ਸੇਵਕ ਆ ਕੇ ਕਹਿੰਦੇ ਜੀ ਵੇਖੋ ਸਾਰੇ ਕੁਝ ਅਸੀਂ ਆ ਨਾ ਹੂੰ ਹੂੰ ਅਸੀਂ ਦੇਖੋ ਕਿੰਨਾ ਵੱਡਾ ਪਰੋ ਜਿਹੜੇ ਮਤਲਬ ਹੈ ਜੀ ਇਹਨਾਂ ਮੁਤਾਬਕ 3.5 ਲੱਖ ਬੰਦਾ ਜੀ ਨਿਊਯਾਰਕ ਟਾਈਮਜ਼ ਆ ਖ਼ਬਰ ਨੂੰ ਦੇਖੀ ਤੇ 42 ਲੱਖ ਬੰਦਾ ਜਿਹੜਾ ਉਹ ਮਰਿਆ ਉਹਦੇ ਅਪਰਾਧ ਚੋਂ ਅਪਰਾਧ ਮੁਕਤ ਹੋ ਕੇ ਆਪਦੀ ਆਪ ਤੇ ਅਪਰਾਧੀ ਕਿਹਨੂੰ ਖੜਾ ਬਣਾਤਾ ਅਪਰਾਧੀ ਸੂਬਾ ਸਰਕਾਰਾਂ ਨੂੰ ਬਣਾਤਾ ਤੇ ਜਾਂ ਪਿਛਲੀਆਂ ਸਰਕਾਰਾਂ ਨੂੰ ਬਣਾਤਾ ਹੁਣ ਇੱਕ ਨਵੀਂ ਗੱਲ ਕਹਿਤੀ ਅਸੀਂ ਕਹਿੰਦੇ ਦਵਾਈ ਦਾ ਜਿਹੜਾ ਵੈਕਸੀਨ ਦਾ ਪ੍ਰਬੰਧ ਬੜੀ ਛੇਤੀ ਕਰ ਲਿਆ ਪਿਛਲੀਆਂ ਸਰਕਾਰਾਂ ਨੇ ਤਾਂ ਕਹਿੰਦੇ ਕਈ ਕਈ ਦਾ ਹੱਕੇ ਲੱਗ ਜਾਂਦਾ ਸੀ ਕਦੇ ਮਾਰੂ ਬਿਮਾਰੀਆਂ ਦੀ ਵੈਕਸੀਨ ਨਹੀਂ ਆਉਂਦੀ ਆਏ ਕੋਈ ਨਹੀਂ ਹੁੰਦਾ ਦੱਸੋ ਨਹੀਂ ਨਹੀਂ ਆਇਆ ਕਿਉਂ ਨਹੀਂ ਆਏ ਐਦੀ ਬੜੀ ਖਤਰਨਾਕ ਬਿਮਾਰੀਆਂ ਆ ਗਈਆਂ ਤੁਸੀਂ ਇਹ ਦੇਖੋ ਕਿ ਪਹਿਲਾਂ ਚੀਚ ਹਾਂ ਉਹ ਚੀਜ਼ਾਂ ਠੀਕ ਹੈ ਛੋਟੀ ਮਾਤਾ ਹੁੰਦੀ ਸੀ ਹੂੰ ਹੂੰ ਉਹਦਾ ਖਾਤਮਾ ਹੋਇਆ ਪੋਲੀਓ ਦਾ ਖਾਤਮਾ ਹੋਇਆ ਹੂੰ ਹੂੰ ਪੋਲੀਓ ਦਾ ਖਾਤਮਾ ਜਦੋਂ ਪੋਲੀਓ ਨੂੰ ਕੀਤਾ ਉਹ 2014 ਤੋਂ ਪਹਿਲਾਂ ਪੋਲੀਓ ਮੁਕਤ ਐਲਾਨਿਆ ਸੀ ਭਾਰਤ ਨੂੰ ਜੀ ਜੀ ਉਦੋਂ ਤਾਂ ਨਰੇਂਦਰ ਮੋਦੀ ਦੀ ਸਰਕਾਰ ਨਹੀਂ ਸੀ ਨਾ ਭਾਜਪਾ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਜੀ ਜੀ ਉਹ ਵੈਕਸੀਨਾਂ ਜਿਹੜੀਆਂ ਉਸ ਵੇਲੇ ਆਈਆਂ ਅੱਜ ਵੀ ਜਿਹੜੀਆਂ ਸਾਡੇ ਕੋਲੇ ਵੈਕਸੀਨ ਭਾਰਤ ਨੇ ਤਾਂ ਕੋਈ ਨਹੀਂ ਬਣਾਈ ਨਹੀਂ ਜੀ ਇਹ ਤਾਂ ਅਸਲ ਵਿੱਚ ਬਾਹਰ ਲਿਆਂ ਜਿਹੜੀਆਂ ਕੰਪਨੀਆਂ ਨੇ ਯੂਨੀਵਰਸਿਟੀਆਂ ਨੇ ਜਾਂ ਜਿਹੜੇ ਸਾਇੰਸ ਲਾਬਾਂ ਨੇ ਬਣਾਏ ਗਏ ਜੀ ਇੱਥੇ ਤਾਂ ਪ੍ਰੋਡਿਊਸ ਹੁੰਦੇ ਗਏ ਇੱਥੇ ਤੋਂ ਪੈਦਾਵਾਰ ਹੁੰਦੇ ਗਏ ਇਮੇਜ ਜਿਹੜੀਆਂ ਪਹਿਲੀਆਂ ਵੈਕਸੀਨਾਂ ਉਹ ਬੜੀਆਂ ਬਾਹਰ ਸੀਗੀਆਂ ਲੇਕਿਨ ਉਹ ਪ੍ਰੋਡਿਊਸ ਜਿਹੜੀਆਂ ਭਾਰਤ ਦੇ ਵਿੱਚ ਹੋਈਆਂ ਸੀ ਤੇ ਬੜੀ ਤੇਜ਼ੀ ਦੇ ਨਾਲ ਬਿਮਾਰੀਆਂ ਦਾ ਖਾਤਮਾ ਕੀਤਾ ਗਿਆ ਸੀ ਜੀ ਜੀ ਇਹ ਇਹ ਸਾਰਾ ਕੁਝ ਕਰਕੇ ਮਤਲਬ ਆਪਣੀ ਜਿਹੜੀ ਜਿਹੜੀ ਆਪ ਦੇ ਗੁਨਾਹ ਸਾਰੇ ਉਹ ਲਾ ਕੇ ਦੇ ਦੂਜਿਆਂ ਦੇ ਗੱਲ 'ਚ ਪਾ ਦਿਓ ਵੀ ਇੱਕ ਤਰ੍ਹਾਂ ਜਵਾਰ ਲਲ ਦੇ ਰੂ ਕਹਿੰਦੇ ਜੀ ਇਹਦੇ ਵਾਸਤੇ ਜ਼ਿੰਮੇਵਾਰ ਹੈ ਜ਼ਿੰਮੇਵਾਰ ਹੈ ਮੈਨੂੰ ਅੱਜ ਸਵੇਰੇ ਨਾ ਇੱਕ ਮੈਂ ਪ੍ਰੋਗਰਾਮ ਦੇ ਵਿੱਚ ਹੋਰ ਸੀ ਹੂੰ ਹੂੰ ਉਹ ਬੰਦਾ ਬਹੁਤ ਵਧੀਆ ਸਾਡਾ ਮਿੱਤਰ ਹੈ ਆਪਣੇ ਮਲੂਕਾਪਿੰਡ ਤੋਂ ਆ ਜੀ ਲੱਖਾ ਸਿੰਘ ਢਿੱਲੋਂ ਅੱਛਾ ਜੀ ਅਮਰੀਕਾ 'ਚ ਰਹਿੰਦੇ ਹੈ ਹੂੰ ਹੂੰ ਉਹਨੇ ਦੋ ਤਿੰਨ ਗੱਲਾਂ ਕਹੀਆਂ ਬੜੀਆਂ ਕਹੀਆਂ ਉਹ ਕਹਿੰਦੇ ਜੀ ਜਿਹੜਾ ਹਿਮਾਲਾ ਪਰਬਤ ਹੈ ਨਾ ਜੀ ਇਹ ਪਹਿਲਾਂ ਨਹੀਂ ਹੁੰਦਾ ਸੀ ਹੂੰ ਹੂੰ ਹਿਮਾਲਾ ਪਰਬਤ ਤਾਂ ਕਹਿੰਦੇ ਨਰਿੰਦਰ ਮੋਦੀ ਨੇ 2014 ਤੋਂ ਆ ਕੇ ਖੜਾ ਕਰਤਾ ਬੱਲੇ 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 ਐਡੀ ਵੱਡੀ ਕੰਧ ਖੜੀ ਕਰਤੀ ਵੀ ਚੀਨ ਕਿਤੇ ਇਧਰ ਨਾ ਆ ਜੇ ਹੂੰ ਹੂੰ ਸਮੁੰਦਰ ਆ ਜ ਮੈਂ ਕਹਿੰਦਾ ਹਾਂ ਸਭ ਤੋਂ ਅੱਨਾ ਥੋੜੀ ਵਾਕਈ ਗੱਲ ਠੀਕ ਹੈ ਜਿਹੜੀ ਤੁਸੀਂ ਬਈ ਬਹੁਤ ਮੈਂ ਕਹਿਆ ਜਿਹੜੀ ਤੁਹਾਡਾ ਜਿਹੜਾ ਹਾ ਜਿਹੜਾ ਤੁਹਾਡਾ ਤੁਸੀਂ ਬਖਿਆਨ ਕੀਤਾ ਨਾ ਵਾਕਈ ਕੰਮ ਕੀਤਾ ਵੀ ਇਹ ਸਾਰਾ ਕੁਝ ਪਹਿਲਾਂ ਤਾਂ ਕੁਝ ਹੋਇਆ ਹੀ ਨਹੀਂ ਨਾ ਭਾਰਤ ਦੇ ਵਿੱਚ ਜੋ ਕੁਝ ਕੀਤਾ ਇਹ ਨਰਿੰਦਰ ਮੋਦੀ ਨੇ ਕੀਤਾ ਹੈ ਔਰ ਐਡਾ ਵੱਡਾ ਜਿਹੜਾ ਵੱੱਜਰ ਅਪਰਾਧ ਹੈ ਉਸ ਅਪਰਾਧ ਦੇ ਵਿੱਚੋਂ ਆਪ ਨੂੰ ਅਪਰਾਧ ਮੁਕਤ ਕਰਕੇ ਤੇ ਜਿਹੜੇ ਵਿਕਟਮ ਹੈ ਜਾਂ ਤਾਂ ਮਰਨ ਵਾਲੇ ਅਪਰਾਧੀ ਹੈ ਜਾਂ ਉਹਨਾਂ ਦੇ ਵਾਰਸ ਅਪਰਾਧੀ ਹੈ ਮੇਰੇ ਘਰ ਨੂੰ ਤੁਸੀਂ ਵੀ ਹੋਣੇ ਕੋਈ ਕੋਰੋਨਾ ਤੁਹਾਨੂੰ ਵੀ ਹੋ ਗਈ ਸੀ ਜੀ 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 ਨਿਰੰਦਰ ਮੋਤੀ ਸਾਹਿਬ ਇਹਦੇ ਚ ਮਤਲਬ ਆਪਣਾ ਕਸੂਰ ਹੈ ਵੀ ਤੁਸੀਂ ਬਿਮਾਰ ਹੋਣੀ ਬਿਲਕੁਲ ਇਹ ਤਾਂ ਆਪਣੇ ਆਪ ਨੂੰ ਇਹ ਸਮਝਦੇ ਆ ਜੀ ਆ ਇਹ ਸਥਿਤੀ ਹੈ ਸਾਡੇ ਪ੍ਰਧਾਨ ਸੇਵਕ ਸਾਹਿਬ ਜੀ ਸੇਵਕ ਸਾਹਿਬ ਸੇਵਕ ਸਾਹਿਬ ਵੀ ਨੇ ਧੰਨਵਾਦ ਕੀਤਾ ਸਭ ਬਹੁਤ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਸ਼ਾਮਾਂ ਦਾ ਦੇ ਵਿੱਚ ਹੁਣ ਸਾਡੇ ਨਾਲ ਜੁੜਨਗੇ ਡਾਕਟਰ ਸ਼ੰਦਰ ਕੌਰ ਹੋਰੀ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ